ਸੀ ਤਾਂ ਮੇਨ ਬਾਜ਼ਾਰ ਲੱਗੇ 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 ਜੋ ਆਖਿਰ ਤੇ ਮੈਂ ਕੋ ਪਾਵਲੀ ਵਾਲੀ ਚੌਕ ਆ ਸੀ ਅੱਛਾ ਪਾਵਲੀ ਚੌਕ ਸਿਰੇ ਆਖੀ ਪਹੁੰਚ ਗਿਆ ਨਾ ਖੁੱਲੀ ਜਗ੍ਹਾ ਆਈ ਮੈਨੂੰ ਯਾਦ ਆਈ ਮੈਂ ਖੱਬਿਆ ਤੇ ਬੜਾ ਖੱਬਿਆ ਤੇ ਗੁਲੂ ਮੱਕੇ ਮੀਆਂ ਸਾਹਿਬ ਦਾ ਘਰ ਮੀਆਂ ਨਸਰੋਲੀ ਦਾ ਬੜੀ ਖੁੱਲੀ ਇਸ ਤਰ੍ਹਾਂ ਖੁੱਲੀ ਸੜਕ ਆਈ ਉਸ ਤੋਂ ਬਾਅਦ ਅੱਗੇ ਇੱਕ ਗਲੀ ਆਈ ਉਸ ਤੋਂ ਬਾਅਦ ਬਾਅਦ ਇੱਕ ਹੋਰ ਗਲੀ ਆਈ ਹੁਣ ਦੋ ਗਲੀ ਵਿਚਾਲੇ ਮੈਂ ਖਲੋ ਗਿਆ ਹੁਣ ਮੈਂ ਥੋੜ੍ਹਾ ਜਿਹਾ ਸ਼ੱਕ ਮੈਂ ਪਹਿਲੀ ਗਲੀ ਸਾਡੇ ਘਰ ਆਈ ਕਿਉਂ 45 ਸਾਲ ਹੋ ਗਏ ਨਾ 47 ਔਰ 92 45 ਸਾਲ ਹੋ ਗਏ ਉਸ ਵੇਲੇ ਬਚਪਨ ਆਈ ਅਤੇ ਹੁਣ ਤਾਂ ਸ਼ਾਦੀ ਸੀ ਸਾਰੇ ਬੱਚੇ ਹੀ ਵੱਡੇ ਵੱਡੇ ਹੋ ਗਏ ਅਤੇ ਲੜਕੀ ਦੀ ਸ਼ਾਦੀ ਕਰ ਕੀਤੀ ਅਤੇ 45 ਸਾਲ ਬੜਾ ਉਮਰ ਆਉਂਦੀ ਹੈ ਨਾ ਮਤਲਬ ਵਕਫਾ ਵਿਚਾਲੇ 45 ਅਤੇ 15 ਮਤਲਬ ਉਸ ਵੇਲੇ ਮੈਂ 60 ਸਾਲ ਦਾ ਹੋ ਗਿਆ ਜੀ ਫਿਰ ਮੈਂ ਉਸ ਗਲੀ ਖਲੋਤਿਆ ਕਿ ਹੁਣ ਘਰ ਲੱਭ ਮੈਂ ਆਖਿਆ ਘਰ ਠਹਿਰੋ ਤੁਸੀਂ ਘਰ ਤੀ ਖੜੇ ਕਰੋ ਮੈਂ ਗਲੀ ਦੇਖ ਕੇ ਆਉਣਾ ਪਹਿਲੀ ਗਲੀ ਮੈਂ ਨਾ ਡਿੱਠੀ ਅਗਲੀ ਗਲੀ ਮੈਂ ਉਹ ਜੀ ਸਮਝ ਇਹ ਨਿਸ਼ਾਨੀ ਹੈ ਉਹ ਗਲੀ ਸਿੱਧੀ ਆਰ ਪਾਰ ਮੇਲੇ ਵਾਲੇ ਪਾਸੇ ਨਿਕਲ ਜਾਂਦੀ ਹੈ ਅਗਲੀ ਗਲੀ ਜਿਸ ਮੈਂ ਗਿਆ ਨਾ ਉਹ ਤਾਂ ਗਿਆ ਅੰਦਰ ਉਹ ਗਲੀ ਬੰਦ ਮੈਂ ਕਿਹਾ ਨਹੀਂ ਬਾਅਦ ਮੈਂ ਪਿੱਛੇ ਆਇਆ ਇੱਥੇ ਕਾਰ ਖਲੋਤੀ ਹੈ ਮੈਂ ਕਿਹਾ ਬਸ ਉਸ ਗਲੀ 'ਚ ਗਿਆ ਗਲੀ 'ਚ ਗਿਆ ਟੁਰਦਾ ਟੁਰਦਾ ਉਹ ਆ ਗਈ ਮੇਲਾ ਆ ਗਿਆ ਮੈਂ ਕਹੀਏ ਇਹ ਸਾਡਾ ਘਰ ਹੈ ਜਿੱਥੇ ਕਾਰ ਖਲੋਤੇ ਨੇ ਇਹੀ ਸਾਡਾ ਘਰ ਹੈ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਕੇਸ਼ੂ ਮੁਲਤਾਨੀ ਅਤੇ ਅੱਜ ਮੈਂ ਬੈਠਾ ਉਸ ਸ਼ਖਸੀਅਤ ਨਾਲ ਜਿਨ੍ਹਾਂ ਦੇ ਨਾਲ 52 ਕਿਤੇ ਮੈਂ ਇੱਕ ਸਾਲ ਤੋਂ ਤਰਸਦਾ ਪਿਆ ਮੀ ਅਤੇ 2 ਵਾਰੀ ਮੈਂ ਮੌਕਾ ਗਵਾ ਵੀ ਦਿੱਤਾ ਅਤੇ ਉਹ ਸ਼ਖਸ ਮਤਲਬ ਪਿਆਰ ਨਾਲ ਆਖੋ ਤਾਂ ਲਾਲਾ ਰੋਸ਼ਨ ਲਾਲ ਜੀ ਅਤੇ ਇੱਥਾਂ ਆਦਿਨ ਰੋਸ਼ਨ ਲਾਲ ਚੈੱਕਰ ਅਤੇ ਸੁਸਾਇਟੀ ਵਾਲੇ ਬੰਦੇ ਆਉਂਦੇ ਨੇ ਚਿੱਕੜ ਸਾਹਿਬ ਅਤੇ ਹੀ ਮਿਲੇ ਦਿੱਲੀ 'ਚ ਬੈਠੇ ਹੈ ਬਾਕੀ ਦੀ ਕਹਾਣੀ ਬਾਓ ਜੀ ਦੀ ਜ਼ਬਾਨੀ ਸਭ ਤੋਂ ਪਹਿਲੇ ਰਾਮ ਰਾਮ ਜੈ ਸ਼੍ਰੀ ਰਾਮ 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 ਮਿਆਂਵਾਲੀ ਪ੍ਰਾਪਰ ਮਿਆਂਵਾਲੀ ਪਹਿਲੇ ਜੀ ਹਾਂ ਉਹ ਸੁਣਨਾ ਚਾਹੁੰਦਾ ਮੈਂ ਮਿਆਂਵਾਲੀ ਖਾਸ ਕਿਹੜਾ ਇਲਾਕਾ ਹੈ ਜਿੱਥਾਂ ਜੰਮਿਆ ਹੈ ਖਾਸ ਸ਼ਹਿਰ ਮਿਆਂਵਾਲੀ ਮਿਆਣਾ ਮੱਲਾ ਅੱਛਾ ਔਰ ਤਲਮਾ ਬਾਜ਼ਾਰ ਹਾਂ ਮੇਲੇ ਦੇ ਕੋਲ ਅੱਛਾ ਪ੍ਰਾਪਰ ਸਿਟੀ ਮਿਆਂਵਾਲੀ ਇਹ ਤੁਹਾਡਾ ਪੋਸਟਲ ਐਡਰੈਸ ਸੀ ਵਾਹ ਮਤਲਬ ਮੈਂ ਅਗਰ ਹੀ ਐਡਰੈਸ ਤੇ ਬੰਨਾ ਸਿੱਧਾ ਤੁਹਾਡੇ ਘਰ ਪਹੁੰਚਦਾ ਸਿੱਧਾ ਸਾਰੇ ਘਰ ਪਹੁੰਚੇ ਵਾਹ ਹੁਣ ਇਸ ਵਕਤ ਦੀ ਅੱਛਾ ਸਾਨੂੰ ਆਇਆ 72 ਸਾਲ ਹੋ ਗਏ ਜੀ ਆ ਔਰ ਅਗਰ ਇਸ ਅੱਜ 72 ਸਾਲ ਬਾਅਦ ਹੀ ਤੁਸੀਂ ਸਮਝ ਜਾਣਾ ਵੀ ਲਾਲੇ ਰੋਸ਼ਨ ਲਾਲ ਦੇ ਘਰ ਮਿਆਣੇ ਮੱਲੇ ਵਹਿਣਾ ਹੈ ਸਿੱਧਾ ਤੁਹਾਨੂੰ ਮਿਆਣੇ ਮੱਲੇ ਵੀ ਨਾ ਸੁਣਾ ਤਾਂ ਹੀ ਤੁਹਾਨੂੰ ਮੀਆਂ ਅਲੀ ਸਾਡੇ ਘਰ ਪਹੁੰਚਾ ਰਹੇ ਸਨ ਵਾਹ ਜਿਸੇ ਕੋਲ ਸਟੇਸ਼ਨ ਤੋਂ ਲਾਓ ਜਾਂ ਬੱਸ ਸਟੈਂਡ ਦੇ ਪੁੱਛੋ ਲਾਲਾ ਰੋਸ਼ਨ ਲਾਲ ਦਿੱਲੀ ਵਾਲੇ ਦਾ ਕਿਹੜਾ ਘਰ ਹੈ ਬਸ ਉਹ ਤੁਹਾਨੂੰ ਅਸਲੀ ਪੈਦਾਇਸ਼ੀ ਗੱਲ ਕਰੇ ਉਹ ਤੁਹਾਨੂੰ ਉੱਥੇ ਪਹੁੰਚਾ ਰਹੇ ਸਨ ਘਰ ਵਾਹ ਅੱਛਾ ਹੁਣ ਇਹ ਦੱਸੋ ਲਾਲਾ ਜੀ ਆਪਣੇ ਪਿਤਾ ਜੀ ਤੁਹਾਡੇ ਕਿਆ ਕੰਮ ਕਰਦੇ ਹਨ ਸਰ ਲਾਲਾ ਜੀ ਦਾ ਨਾਂ ਹੈ ਲਾਲਾ ਸੋਨ ਦਾ ਚੱਕੜ ਮਰਹੂਮ ਔਰ ਕੱਪੜੇ ਦਾ ਕੰਮ ਹੈ ਉੱਥੇ ਮੀਆਂ ਮੇਨ ਸਿਟੀ ਮੇਨ ਬਾਜ਼ਾਰ ਹੈ ਜੀ ਜੀ ਹਾਂ ਤਲਮਾ ਬਾਜ਼ਾਰ ਔਰ ਸਾਡੇ ਡਾਡੇ ਉਹਨਾਂ ਦੀ ਕੱਪੜੇ ਦਾ ਕੰਮ ਹੈ ਅੱਛਾ ਪੁਸ਼ਤੇ ਨਹੀਂ ਕੰਮ ਆਪਣਾ ਕੱਪੜੇ ਦਾ ਕੱਪੜੇ ਦਾ ਠੀਕ ਹੈ ਅਤੇ ਕਿਹੜਾ ਸਨ ਹਾਈ ਜੇ ਮੇਲੇ ਜੰਮੇ ਆਵੇ ਮੈਂ 34 35 ਜੇ 1935 ਮਤਲਬ 47 12 ਸਾਲ 12 ਸਾਲ ਦੇ ਹਾਇਆ ਜ਼ਿਲ੍ਹੇ ਦੰਗੇ ਥਿਆ ਠੀਕ ਹੈ 12 ਸਾਲ ਦਾ ਬਾਲ ਤਾਂ ਸਕੂਲ ਵੇਂਦਾ ਹੈ ਯੂ ਮੇਲੇ ਮੈਂ 7ਵੀਂ ਪੜ੍ਹਦਾ ਮੈਂ ਹੋਏ ਹੋਏ ਵਾਹ 7ਵੀਂ ਪੜ੍ਹਦਾ 1934 ਸਾਹਿਬ ਨਾਲ ਤਾਂ ਤਾਂ ਜੀ 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 ਅਤੇ ਵੱਲ ਸਕੂਲ ਦਾ ਨਾਂ ਪਹਿਲੇ ਪ੍ਰਾਇਮਰੀ ਸਕੂਲ ਪੜ੍ਹਦੇ ਰਹੇ ਜੀ ਚੌਥੀ ਤੱਕ ਉਸ ਤੋਂ ਬਾਅਦ ਲੋਅਰ ਮਿਡਲ ਸਕੂਲ ਜ਼ਿਆਦਾ ਖੈਰ ਅੱਛਾ ਅਕਬਰੀ ਮਹੱਲਾ ਅਕਬਰੀ ਮਹੱਲਾ ਖੈਰ ਰੋਡ ਠੀਕ ਹੈ ਉੱਥੇ ਪੜ੍ਹਦੇ ਰਹੇ 7ਵੀਂ ਤੱਕ ਉੱਥੇ ਪੜ੍ਹੇ ਫਿਰ ਜਿਸ ਵੇਲੇ ਗੱਲਬਾਤ ਸ਼ੁਰੂ ਹੋ ਗਈ ਹੈ ਸਤੀ ਅਧੂਰੇ ਛੋੜ ਕੇ ਅੱਛਾ ਜਨਾਬ ਅਸਾਂ ਬੈਠੇ ਹਾਂ ਕਿਉਂਕਿ ਰੋਡ 'ਤੇ ਤਾਂ ਹੀ ਕਰਕੇ ਥੋੜ੍ਹੀ ਬਹੁਤ ਟ੍ਰੈਫਿਕ ਤੁਹਾਨੂੰ ਸਾਹਮਣੇ ਪੋਸੀ ਅਤੇ ਹੁੰਦੇ ਵਾਸਤੇ ਮੈਂ ਕੁਛ ਨਹੀਂ ਕਰ ਸਕਦਾ ਮਜਬੂਰ ਹਾਂ ਅਤੇ ਅੰਦਰ ਵੀ ਨਹੀਂ ਬਹਿ ਸਕਦਾ ਕਿਉਂਕਿ ਬਾਹਰ ਦਾ ਮੌਸਮ ਬਹੁਤ ਅੱਛਾ ਹੈ ਅਤੇ ਸਕੂਲ ਦੇ ਵਿੱਚ ਪੜ੍ਹਦੇ ਆਵੇ ਤਾਂ ਉਹ ਜਿਹੜੀ ਸਵੇਰੇ ਸਵੇਰੇ ਪ੍ਰਾਰਥਨਾ ਗਾਉਂਦੇ ਆਵੇ ਉਹ ਕਿਹੜੀ ਆਈ ਬੋਲ ਗਏ ਉਹ ਉਰਦੂ 'ਚ ਆਖਦੇ ਸੀ ਜੀ ਆ ਉਰਦੂ ਉਸ ਵੇਲੇ ਨਾ ਹਿੰਦੀ 'ਤੇ ਕੋਈ ਹੈ ਨਹੀਂ ਸਾਰੇ ਮੀਆਂ ਉਰਦੂ ਆਖਦੇ ਹਨ ਹੁਣ ਮੈਨੂੰ ਭੁੱਲ ਗਈ ਸੱਚੀ ਗੱਲ ਹੈ ਕੋਈ ਗੱਲ ਜਮਾਤੀ ਯਾਦ ਹਨ ਹੋ ਜਮਾਤੀ ਯਾਦ ਹੈ ਅੱਛਾ ਹੁਣ ਤੱਕ ਸਾਰੇ ਇੱਕ ਜਮਾਤੀ ਇਸ ਵੇਲੇ ਤਾਂ ਵੀ ਜਿੰਦਾ ਅੱਛਾ ਇਸ ਵੇਲੇ ਤੱਕ ਅੱਛਾ ਵੈਲ ਨਾਂ ਦੱਸੋ ਵੈਸੇ ਸਾਰਿਆਂ ਦੇ ਕਿਹੜੇ ਕਿਹੜੇ ਹਨ ਜਿਹੜੇ ਇਸ ਵੇਲੇ ਜਿੰਦਾ ਹੈ ਗੁਲਾਮ ਹਸਨ ਅੱਛਾ ਉਹਦਾ ਲੜਕਾ ਫੋਟੋਗ੍ਰਾਫਰ ਹੈ ਅੱਛਾ ਡਿਜ਼ਨੀ ਕਲਰ ਲੈਬ ਅੱਛਾ ਸਟੇਸ਼ਨ ਦੇ ਸਾਹਮਣੇ ਮੇਨ ਰੋਡ 'ਤੇ ਅੱਛਾ
ਫਾਦਰ ਜਿਹੜਾ ਸਾਡਾ ਜਮਾਤੀ ਗੁਲਾਮ ਹਸਨ ਉਹ ਗੁਰਦੌਰ ਆਈ। ਅੱਛਾ, ਮਤਲਬ ਸਤੀ ਅਸਾਂ ਸਤੀ ਜੀ ਵਿਆਹ ਕੇ ਉਹ ਪੜ੍ਹ ਲਿਖ ਕੇ ਬਾਅਦ ਆਪਣਾ ਗੁਰਦੌਰ ਜੀ ਗੁਰਦੌਰ ਬਣ ਗਿਆ। ਠੀਕ ਹੈ, ਨਾਲ ਫਿਰ ਪ੍ਰੈਕਟਿਸ ਹੀ ਕਰਦਾ ਰਿਹਾ ਕਿ ਹਿਕਮਤ ਹੀ ਕਰਦਾ ਰਿਹਾ। ਹਾਂ, ਹੁਣ ਵੀ ਜ਼ਿੰਦਾ। ਅਗਰ ਆਪਾਂ ਗੱਲ ਕਰੀਏ ਉਸਤਾਦਾਂ ਦੀ ਜਿਨ੍ਹਾਂ ਨੇ ਤੁਹਾਨੂੰ ਕਲਮ ਪਕੜ ਕੇ ਸਿਖਾਇਆ ਜਾਂ ਥੱਪੜ ਮਾਰ ਮਾਰ ਕੇ ਸਿਖਾਇਆ, ਉਹਨਾਂ ਦੇ ਨਾਮ ਕਿਆ ਹਨ? ਸਭ ਤੋਂ ਮੈਨੂੰ ਸਭ ਤੋਂ ਇੱਕ ਨਾਂ ਯਾਦ ਹੈ, ਮੁਸਲਮਾਨ ਹੈ, ਡਾਕਟਰ ਸਿਕੰਦਰ ਹਜਾਤ ਖਾਨ। ਅੱਛਾ, ਉਹ ਸ਼ਿਵਾਸ ਖਾਨ ਗਾਓਂ ਹੈ, ਸ਼ਿਵਾਸ ਖੈਰ, ਅਤੇ ਉਹ ਛੋਟੇ ਜਿਹਾ ਕਰਦਾ ਜੀ, ਪਠਾਨ ਆਈ ਅਤੇ ਬੜਾ ਸਖਤ ਆਈ। ਉਹ ਅਗਰ ਕੋਈ ਗਲਤੀ ਕਰਿਆ ਨਾ ਤਾਂ ਉਹ ਉਸਤਾਦ ਉਹ ਛੋੜਿਆ ਦਾ ਨਹੀਂ, ਉਹ ਇੱਧਰ ਦਰਖਤਾਂ ਦੀ ਟੀਣੀ ਗਿਣ ਕੇ ਨਾ ਉਹ ਹਰੀ ਹਰੀ ਟੀਣੀ ਨਾਲ ਚਮਕਣ ਨਾਲ ਤਾਂ ਕਿ ਬੱਚੇ ਸਿੱਖਣ, ਇਹਦਾ ਗਲਤੀ ਨਾ ਕਰਨ, ਗਲਤੀ ਨਾ। ਉਹ ਸਾਨੂੰ ਅੱਜ ਵੀ ਯਾਦ ਹੈ, ਉਸਦੇ ਦੋ ਲੜਕੇ ਹੁਣ ਤੱਕ ਜ਼ਿੰਦਾ ਹੈ। ਅੱਛਾ ਅੱਛਾ, ਉਹਨਾਂ ਨੂੰ ਮੈਂ ਮਤਲਬ ਕਈ ਵਾਰੀ ਮਿਲਣਾ। ਮਤਲਬ ਹੀ ਕਰਕੇ ਯਾਦ ਹੈ ਉਹ ਮਰਿੰਦਾ ਆਈ, ਜਾਂ ਹੀ ਕਰਕੇ ਯਾਦ ਹੈ ਕਿ ਉਹ ਪੜ੍ਹਿੰਦਾ ਚੰਗਾ ਆਈ? ਪੜ੍ਹਿੰਦਾ ਹੀ ਚੰਗਾ, ਮਰਿੰਦਾ ਵੀ ਮਾਰਾ ਯਾਦ ਆਈ। ਅੱਛਾ, ਉਪਸਾਰ ਜੀ ਮੈਂ ਪਹਿਲੀ ਵਾਰੀ ਗਿਆ 1992, ਉਹ ਆਖਦੇ ਜੀ ਕੋਈ ਆਪਣੇ ਮਾਸਟਰ ਦਾ ਨਾਂ ਦੱਸ। ਮੈਂ ਇੱਕ ਮਾਸਟਰ ਦਾ ਨਾਂ ਯਾਦ ਹੈ, ਸਿਕੰਦਰ ਯਾਦ ਖਾਨ, ਸਤਵੀਂ ਤੱਕ ਅਸਾਂ ਪੜ੍ਹਦੇ ਸੀ। ਉਹ ਬਸ ਛੋਟੇ ਜਿਹਾ ਕਰਦਾ ਜੀ, ਸਹੀ ਹੈ, ਪੱਗੜੀ ਬੰਨਦਾ ਜੀ ਅਤੇ ਸਲਵਾਰ ਕਮੀਜ਼ ਗੋਰਾ ਚਿੱਟਾ, ਅਤੇ ਉਹ ਬਸ ਮਾਰ ਅਗਰ ਰਿਹਾ ਨਾ ਛਮਕੇ ਨਾਲ ਮਾਰ ਦਿੰਦਾ ਜੀ। ਅੱਛਾ, ਇਹ ਨਿਸ਼ਾਨੀ ਉਹ ਹੁਣ ਤੱਕ ਮੇਰੇ ਜਿਸ ਵੇਲੇ ਗੁਜ਼ਰ ਤੋਂ ਪਹਿਲੇ ਤਾਂ ਟੀਚਰ ਤੱਕ ਆਈ ਨਾ ਟੀਚਰ, ਉਹ ਤਾਂ ਤੱਕ ਹੀ ਉਸਦੀ ਯਾਦ ਦੇ ਕੇ ਛਮਕੇ ਨਾਲ ਮਾਰਨਾ। ਵਾਹ, ਤਾਂ ਯਾਦ ਹੈ। ਅਤੇ ਦੱਸਾਓ ਇਹ ਕਿ ਹੁਣ ਟਾਈਮ ਵਿੱਚ ਜਿਹੜੇ ਖੇਡ ਖੇਡਦੇ ਆਵੇ, ਖੇਡ ਖੇਡਦੇ ਆਵੇ, ਉਹ ਕਿਹੜੇ ਕਿਹੜੇ ਹੁੰਦੇ ਹਨ? ਕੌਡੀ ਖੇਡਦਾ ਸੀ। ਅੱਛਾ, ਈਟੀ ਡੰਨਾ। ਕਬੱਡੀ, ਕੁਸ਼ਤੀ। ਅੱਛਾ, ਕੁਸ਼ਤੀ ਕਰਦੇ ਆ। ਚਲੋ, ਇਹ ਤਾਂ ਥੀ ਆ। ਅਤੇ ਇਹ ਸਾਰਾ ਕੁਛ ਜਿਹੜੇ ਚੱਲਦਾ ਪਿਆ ਹੈ, ਤਾਂ ਹਿੰਦੂ ਦਰਮਿਆਨ ਆਸੇ ਪਾਸੇ ਜਿਹੜੇ ਯਾਰ ਦੋਸਤ ਰਹਿੰਦੇ ਹਨ, ਉਹ ਸਾਰੀਆਂ ਬਿਰਾਦਰੀਆਂ ਦੇ ਹਨ ਜਾਂ ਆਪਣੇ ਹਿੰਦੂ ਹਿੰਦੂ ਹੀ ਬੈਠੇ ਹਨ? ਨਾ ਨਾ ਸਰ, ਮੁਸਲਮਾਨ ਹੀ ਹੈ ਸਰ, ਮਤਲਬ ਮਿਆਣਾ ਮਹੱਲਾ ਜ਼ਿਆਦਾ ਮੇਨ ਮੁਸਲਮਾਨਾਂ ਦਾ ਮਹੱਲਾ ਹੈ। ਅੱਛਾ, ਮਿਆਣਾ ਮਹੱਲਾ, ਅਤੇ ਇੰਨੀ ਵਾਲੀ ਸ਼ਹਿਰ ਦਾ ਜਿਹੜਾ ਨਾਂ ਪਿਆ ਉਹ ਮਿਆਣਾ ਦੇ ਨਾਂ ਦਾ ਪਿਆ ਹੈ। ਅੱਛਾ, ਅਤੇ ਉਹ ਮਿਆਣਾ ਦਾ ਸਾਡੇ ਘਰ ਦੇ ਨਾਲ ਬੜੀ ਵੱਡੀ ਹਵੇਲੀ ਹੈ, ਮੀਆਂ ਨਸਰ ਅਲੀ ਖਾਨ। ਅੱਛਾ, ਅਤੇ ਉਸੇ ਦੇ ਨਾਂ 'ਤੇ ਇਹ ਮਹੱਲਾ ਪਿਆ ਹੈ। ਮਿਆਣ ਸਾਰੇ ਮੁਸਲਮਾਨਾਂ ਦਾ ਕਿ ਸਾਰੇ ਹਿੰਦੂਆਂ ਦੇ ਥੋੜ੍ਹੇ ਬਗੈਰ ਹੈ ਮੁਸਲਿਮ ਮਿਆਣੇ ਮਹੱਲੇ। ਅੱਛਾ, ਫਿਰ ਉਸ ਤੋਂ ਬਾਅਦ ਬੜਾ ਵੱਡਾ ਬੱਤਾ ਖੈਰ ਇਸ਼ਾਰਾ ਪੈਂਦਾ ਹੈ, ਅਤੇ ਉਹ ਸਾਰਾ ਬਤ ਮਿਲ ਗਿਆ, ਮਿਲਦਾ ਜੁਲਦਾ ਹੈ। ਠੀਕ ਹੈ, ਜ਼ਿਆਦਾਤਰ ਮੁਸਲਮਾਨਾਂ ਦੀ ਆਬਾਦੀ ਹੈ। ਮਤਲਬ ਹੁਣ ਵੇਲੇ ਸਾਰੇ ਮਿਲ ਜੁਲ ਕੇ ਰਹਿੰਦੇ ਹਨ? ਸਾਰੇ ਮਿਲ ਜੁਲ ਕੇ ਰਹਿੰਦੇ। ਠੀਕ ਹੈ, ਮਿਲ ਜੁਲ। ਹੁਣ ਟਾਈਮ ਦੇ ਤੁਸੀਂ ਤਾਂ ਬਹੁਤ ਛੋਟੇ ਆਵੇ, ਲੇਕਿਨ ਫਿਰ ਵੀ ਸਭ ਕੁਝ ਦੱਸਾਓ ਕਿ ਹੁਣ ਟਾਈਮ ਦੇ ਜਿਹੜੇ ਸ਼ਾਦੀ ਪੁੰਨੀਆਂ ਥੀਂਦੀਆਂ ਹਨ, ਤਾਂ ਹੁਣ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਥੀਂਦਾ ਹੈ ਅਤੇ ਕਿਆ ਕਿਆ ਰੀਤੀ ਰਿਵਾਜ਼ਾਂ ਥੀਂਦੀਆਂ ਨੇ? ਤੁਸੀਂ ਕੋਈ ਡੇਟਾ ਹੋਵੇ ਹੁਣ ਵੇਲੇ ਦਾ, ਉਹ ਜ਼ਰਾ ਦੱਸਾਓ ਇੱਕ ਵਾਰੀ। ਸ਼ਾਦੀ ਤਾਂ ਉਹ ਜਿਹੜੇ ਢੋਲ ਵਜਾ ਇਹਨਾਂ ਨੂੰ ਸ਼੍ਰੇਣੀ ਆਖਦੇ ਹਨ। ਅੱਛਾ, ਸ਼੍ਰੇਣੀ, ਸ਼੍ਰੇਣੀ ਅਤੇ ਢੋਲ ਸ਼੍ਰੇਣੀ, ਅਤੇ ਨਾਚ ਨੂੰ ਆਖਦੇ ਹਨ ਘੁੰਮਰਾ ਮਾਰਨਾ। ਘੁੰਮਰਾ, ਘੁੰਮਰ, 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 ਝੁੰਮਰ, ਨਾ ਝੁੰਮਰ ਨਹੀਂ, ਘੁੰਮਰਾ। ਅੱਛਾ, ਘੁੰਮਰਾ ਮਾਰਨਾ, ਉਹ ਸ਼ਰੀ ਆਉਂਦੀ ਹੈ, ਸ਼ਰੀ, ਪੀਪਣੀਆਂ, ਪੀਪਣੀਆਂ, ਪੀਪਣੀਆਂ ਸ਼ਰੀ ਆਉਂਦੀ ਹੈ। ਅੱਛਾ, ਉਹ ਗਾਉਂਦੇ ਹਨ ਢੋਲਾਂ ਨਾਲ, ਅੱਛੀ ਤਰ੍ਹਾਂ, ਮਤਲਬ ਸਲੋ ਡਾਂਸ ਆਉਂਦਾ ਜੀ। ਅੱਛਾ, ਪੂਰੇ ਹੱਥ ਹਿਲਾ ਕੇ, ਉਹ ਇਸੇ ਤਰ੍ਹਾਂ ਹੱਥ ਹਿਲਾ ਕੇ, ਬਾਈ ਹਿਲਾ ਕੇ, ਸਲੋ ਸਲੋ। ਅੱਛਾ, ਮਤਲਬ ਉਹ ਮੈਂ ਢੋਲ ਵਾਲੇ ਢੋਲ ਡਮਾ ਕੇ ਕਹਿਣਾ ਹੁੰਦਾ ਹਨ, ਢੋਲ ਹਨ, ਉਹ ਢੋਲ, ਉਹ ਅੱਛਾ, ਉਹ ਢੋਲ ਹਨ, ਲੇਕਿਨ ਉਹ ਬੜਾ ਸਲੋ ਚੱਲਦਾ ਹੈ। ਸਲੋ, ਅੱਛਾ, ਆਸਾ ਆਸਾ ਤੇਜ਼ ਵੀ ਥੀਂਦੇ, ਜਿਸ ਤਰ੍ਹਾਂ ਸਪੀਡ ਵੱਧਦੀ ਵਜੇ ਲੋਕ ਨੱਚਦੇ ਨੇ ਜ਼ਿਆਦਾ। ਅਤੇ ਝੂਮਰ ਅਤੇ ਘੂਮਰ ਵਿੱਚ ਤਾਂ ਫਰਕ ਥੀ ਆ ਨਾ? ਅਸਾਂ ਘੁੰਮਰਾ ਆਖਦੇ। ਅੱਛਾ, ਆਪਾਂ ਘੁੰਮਰਾ ਆਖਦੇ, ਅਸਾਂ ਘੁੰਮਰਾ। ਅਤੇ ਜਿਹੜਾ ਉੱਥਾਂ ਅੱਜ ਵੀ ਅਗਰ ਕਰੇ ਦਿੰਦਾ ਉਹ ਝੂਮਰ ਦੱਸੇ? ਘੁੰਮਰ, ਘੁੰਮਰਾ। ਅੱਛਾ, ਘੁੰਮਰਾ, ਮੀਆਂ ਲਈ ਘੁੰਮਰਾ। ਅੱਛਾ, ਅਤੇ ਉਵੇਂ ਉਹ ਝੂਮਰ, ਝੂਮਰ ਕਿਆ ਬਲਾ ਹੈ? ਉਹ ਕਹਿੰਦੇ ਝੂਮਰ ਵੀ ਡਾਂਸ ਆਪਣੇ ਇਲਾਕੇ 'ਚ ਕੋਈ ਝੂਮਰ ਹੀ ਆਉਂਦੇ ਉਸ? ਠੀਕ ਹੈ, ਝੂਮਰਾ ਬੜੀ ਵਿਰਾਸੀ ਆਉਂਦੇ। ਅੱਛਾ, ਪਟਕੇ ਬੱਧੇ ਸਰਦਾਰ ਘਰਾਂ ਦੇ, ਪਟਕੇ ਬੱਧੇ ਢੋਲ ਔਰ ਪੀਪੜੀਆਂ ਜਾਂ ਸ਼੍ਰੇਣੀਆਂ, ਸ਼੍ਰੀ। ਮੀਆਂ ਵਾਲੀ ਦੀ ਹੁਣ ਟਾਈਮ ਦੀ ਕਿਹੜੀ ਚੀਜ਼ ਮਸ਼ਹੂਰ ਆਈ ਜਿਹੜੀ ਅੱਜ ਵੀ ਤੁਹਾਨੂੰ ਯਾਦ ਆਉਂਦੀ ਹੈ? ਮੀਆਂ ਵਾਲੀ ਸ਼ਹਿਰ ਜਿਹੜਾ ਹੈ ਨਾ, ਤਕਰੀਬਨ 90% ਦੀ ਆਬਾਦੀ ਸ਼ਹਿਰ ਦੀ
ਹਿੰਦੂਆਂ ਦੀ ਆਬਾਦੀ ਹੈ। ਅੱਛਾ, ਕਾਰੋਬਾਰ ਹੀ ਸਾਰਾ ਤਕਰੀਬਨ 90% ਹਿੰਦੂਆਂ ਦਾ ਹੈ। ਠੀਕ ਹੈ, ਅਤੇ ਖਾਣ ਦੀ ਸ਼ਾਇਦ ਬੂਰੀ ਹੁੰਦੀ ਹੈ, ਉਹ ਜਿਹੜੇ ਦਰਿਆ ਦੇ ਕਿਨਾਰੇ 'ਤੇ ਕੁੰਦਰ ਦਰਖਤ ਹੁੰਦਾ ਜੀ, ਦਰਖਤ ਨਹੀਂ ਛੋਟੇ ਛੋਟੇ ਚੀੜੀਆਂ ਹੁੰਦੀਆਂ, ਅਤੇ ਉਸ ਨੂੰ ਪੱਟ ਕੇ ਅਤੇ ਜੁਲਾਈ ਅਗਸਤ ਜਾਂਦੀ ਬੂਰੀ ਬਣਦੀ ਹੈ। ਬੂਰੀ ਬਣਦੀ ਹੈ, ਬੇਸਣ ਹੁੰਦੇ ਨਾ, ਬੇਸਣ ਆਰ ਹੁੰਦੀ ਹੈ, ਅਤੇ ਉਹ ਬਸ ਮੂੰਹ 'ਚ ਥੱਕੇ ਪਾ ਕੇ ਜੇ ਬੇਸਣ ਤਾਂ ਮੂੰਹ 'ਚ ਫੱਕ ਪਾ ਕੋਈ ਆਖੇ ਜੀ ਅੱਖ ਫੁੱਪੀ, ਉਹ ਸਾਰਾ ਮੂੰਹ 'ਚ ਨਿਕਲ ਗਿਆ, ਪਾਊਡਰ ਆਉਂਦਾ ਫੁੱਪੀ ਅੱਗ ਫੁੱਪੀ ਉਹ ਫੁੱਪੀ ਸਾਰਾ ਮੂੰਹ 'ਚ ਨਿਕਲ ਆਉਂਦਾ। ਠੀਕ ਠੀਕ ਠੀਕ, ਅੱਛਾ, ਇਹ ਸਭ ਚੀਜ਼ਾਂ ਥੀਂਦੀਆਂ ਹਨ। ਠੀਕ ਹੈ, ਖਾਸ ਮੀਆਂ ਦੀ ਬੂਰੀ ਬੜੀ ਮਸ਼ਹੂਰ ਹੈ। ਬੂਰੀ ਬੂਰੀ, ਅਗਰ ਆਪਾਂ ਉਵੇਂ ਆਖੂੰ ਬੂਰੀ ਜਾਂ ਚੂਰੀ ਵੀ, ਅਗਰ ਆਪਾਂ ਚੂਰੀ ਤਾਂ ਖੈਰ ਆਮ ਸ਼ਾਇ ਹੈ ਨਾ, ਹਾਂ ਚੂਰੀ ਤਾਂ ਹਰ ਕਦੇ ਹੀ ਮਿਲਦੀ, ਹਰ ਤਰ੍ਹਾਂ ਇੱਕ ਬੂਰੀ ਜਿਹੜੀ ਸਰ ਖਾਸ ਸਿਰਫ ਮੀਆਂ ਦੇ ਜ਼ਿਲ੍ਹੇ 'ਚ ਮਿਲਦੀ। ਠੀਕ ਹੈ, ਦਰਿਆ ਸਿੰਧ ਦੇ ਕਿਨਾਰੇ 'ਤੇ ਕੁੰਦਰ ਦਰ ਹੁੰਦੇ ਹਨ, ਜਿਸ ਦੇ ਫਿਰ ਪੱਖੇ ਬਣਦੇ ਹਨ, ਚਾਰ ਪੰਜ ਦੇ ਵਾਹਣ ਬਣਦੇ, ਨਿਖੱਬੇ ਬਣਦੇ ਹਨ, ਨਿਖੱਬੇ ਵੀ ਬਣਦੇ, ਡੱਬੇ ਰੋਟੀ ਵਾਲੇ, ਰੋਟੀ ਵਾਲੇ ਡੱਬੇ ਵਗੈਰਾ ਸਭ ਉਸੇ ਦੀ ਬਣਦੀਆਂ। ਵਾਹ, ਲੋਧੀ ਵਾਲਾ ਹਲਵਾ ਸਾਰੇ ਪਾਸੇ ਬੜਾ ਮਸ਼ਹੂਰ ਹੈ। ਅੱਛਾ, ਲੋਧੀ ਵਾਲਾ ਹਲਵਾ, ਠੀਕ ਤਾਂ ਹੁੰਦਾ ਨਾ ਸੂਜੀ ਵਾਲਾ ਹਲਵਾ, ਅਤੇ ਇਹ ਲੋਧੀ ਵਾਲਾ ਪਹਿਲੇ ਰਾਤੀ ਕੱਪੜੇ ਉਸੇ ਸੂਜੀ ਨੂੰ ਜਾਂ ਆਟੇ ਨੂੰ ਪਾਣੀ 'ਚ ਪਾ ਰੱਖਾ, ਬਸ ਸਵੇਰੇ ਜਿਹੜਾ ਨਿੱਤਰ ਉੱਥੇ ਪਾਣੀ ਨਿਕਲ ਆਉਂਦਾ, ਉਸ ਨੂੰ ਬਸ ਪਾਣੀ ਹਿਲਾ ਕੇ ਬਸ ਜਿਹੜਾ ਉਸ ਚਿੱਟੇ ਕੱਪੜੇ 'ਚ ਉਸ ਦੁੱਧ ਕੱਢਣਾ, ਉਸਦਾ ਮਲਣਾ ਮਲਣਾ, ਜਿਹੜਾ ਛਾਲ ਵੱਖਰਾ ਸੀ ਗਿਆ, ਅਸੀਂ ਜੇ ਦੁੱਧ ਨਿਕਲਿਆ ਨਾ ਉਹ ਦੁੱਧ ਹੀ ਆ ਗਿਆ, ਉਹ ਤੋਂ ਉਸਦਾ ਹਲਵਾ ਬਣਦਾ ਹੈ। ਅੱਛਾ, ਉਹ ਮਹੀਨਾ ਵੀ ਨਹੀਂ ਖਰਾਬ ਥੀਂਦਾ, ਕਿਆ ਬਾਤ ਹੈ, ਦੁੱਧ ਹੀ ਹਲਵਾ। ਉਹ ਸਾਰੇ ਸਿਰ ਮੀਆਂ ਕਾਲਾ ਬਾਗ ਦਾ ਇੱਕ ਸ਼ਹਿਰ ਮੀਆਂ ਦਾ ਜ਼ਿਲ੍ਹਾ ਹੁੰਦਾ ਕਾਲਾ ਬਾਗ, ਦਰਿਆ ਸਿੰਧ ਦਾ ਕਿਨਾਰਾ ਸ਼ਹਿਰ ਦੇ ਵਿੱਚ, ਉੱਥੇ ਤਾਂ ਮਸ਼ਹੂਰ ਹੈ ਸਭ ਤੋਂ ਵਧੀਆ, ਬਾਕੀ ਮੀਆਂ ਵਾਲੇ ਜ਼ਿਲ੍ਹੇ 'ਚ ਫਿਰ ਹਰ ਕੋਈ ਬਣਾ ਦਿੰਦਾ, ਲੇਕਿਨ ਕਾਲਾ ਬਾਗ ਦਾ ਟੇਸਟ ਯਾਰ ਹੋਰ ਉਸਦੇ ਮੁਕਾਬਲੇ ਕੋਈ ਦੁਨੀਆਂ 'ਚ ਨਹੀਂ ਬਣਾ ਸਕਦਾ। ਔਰ ਵੈਸੇ ਮੀਆਂ ਦੇ ਲੋਕ ਸਾਰੇ ਬਣਾਉਂਦੇ ਹਨ ਲੋਧੀ ਵਾਲਾ ਹਲਵਾ, ਹੋਰ ਕੋਈ ਨਹੀਂ ਬਣਾ ਸਕਦਾ, ਸਾਰੇ ਹਿੰਦੁਸਤਾਨ 'ਚ ਪਾਕਿਸਤਾਨ 'ਚ ਕੋਈ ਨਹੀਂ ਬਣਾ ਸਕਦਾ ਲੋਧੀ ਵਾਲਾ ਹਲਵਾ, ਇਹ ਮਸ਼ਹੂਰ ਹੈ। ਅੱਛਾ, ਸਭ ਕੁਛ ਇਤਨਾ ਸਹੀ ਚੱਲਦਾ ਪਿਆ ਜੀ, ਅਤੇ ਵੱਲ ਕਿਆ ਥੀਆ, ਕਿਵੇਂ ਉਹ ਸਾਕੂ ਫਨਕ ਲੱਗੀ ਕਿ ਅਸਾਂ ਇੱਥੋਂ ਵੰਜਣਾ ਪੋਸੀ, ਕਿਆ ਕਿਆ ਪੰਗਾ ਥੀਆ ਜੀ? ਇਹ ਜਿੱਥੇ ਮੈਨੂੰ ਯਾਦ ਹੈ ਨਾ, 11 ਮਾਰਚ 1947 ਉਸ ਵੇਲੇ ਇਮਤਿਹਾਨਾਂ ਦੇ ਦਿਹਾੜੇ ਹਨ, 11 ਮਾਰਚ, ਅੱਛਾ, ਸਕੂਲਾਂ ਦੇ ਇਮਤਿਹਾਨ ਦਾਵੇਂ ਦੇ ਇਮਤਿਹਾਨ ਚੱਲਦੇ ਪਏ ਨਾ। ਠੀਕ ਹੈ, ਉਹਨਾਂ ਦਿਹਾੜਾ 'ਚ 11 ਮਾਰਚ ਨੂੰ ਜ਼ਿਆਦਾ ਗੜਬੜ ਥਈ ਹੈ, ਹਰ ਇੱਕ ਮੁਸਲਮਾਨ ਲੋਕਾਂ ਦੇ ਘਰਾਂ 'ਤੇ ਆਪਣੇ ਹਰੇ ਝੰਡੇ ਲੱਗਦੇ, ਪਾਕਿਸਤਾਨ ਪਾਕਿਸਤਾਨ ਪਾਕਿਸਤਾਨ, ਅੱਛਾ, ਹਰੇ ਝੰਡੇ, ਚੰਦ ਤਾਰੇ ਵਾਲੇ ਝੰਡੇ। ਠੀਕ ਹੈ, ਪਹਿਲੇ ਤਾਂ ਸਕਦੇ ਡਿੱਠੇ, ਉਸ ਵੇਲੇ ਡਿੱਠੇ, ਫਿਰ ਉਸ ਗੜ ਤੋਂ ਬਾਅਦ ਦਹਿਸ਼ਤ ਸ਼ੁਰੂ ਥੀ ਗਈ, ਘਬਰਾਹਟ ਸ਼ੁਰੂ ਥੀ ਗਈ ਆਪਣੇ ਇਲਾਕੇ 'ਚ, ਇਲਾਕੇ ਫਿਰ ਜੂਨ ਥੋੜ੍ਹਾ ਥੋੜ੍ਹਾ ਘਬਰਾਹਟ ਜ਼ਿਆਦਾ ਵਧਦੀ ਗਈ ਵਧਦੀ ਗਈ, ਫਿਰ ਲੋਕਾਂ ਨੇ ਇੱਥੋਂ ਆਉਣਾ, ਉੱਥੋਂ ਨਿਕਲਣਾ ਸ਼ੁਰੂ ਕਰ ਦਿੱਤਾ, ਇਮਤਿਹਾਨ 'ਚ ਆ ਗਏ, ਬਾਰ੍ਹਵੀਂ ਦੇ ਇਮਤਿਹਾਨ ਮੈਟ੍ਰਿਕ ਦੇ ਚੱਲਦੇ ਪਏ, ਮੈਂ ਕਹਿੰਦਾ ਜੀ ਮੀਆਂ ਅਲੀ ਦਾ ਰੌਲਾ ਦਾ ਸੈਂਟਰ ਆ ਗਿਆ ਬੱਖਰ, ਕਿੱਥੇ ਸੈਂਟਰ ਕਿੱਥੇ, ਲੋਕ ਗੱਡੀ 'ਚ ਆਉਂਦੇ ਹੁੰਦੇ ਜੀ, ਗੱਡੀ 'ਚ ਪਕੜ ਪਕੜ ਕੇ ਹਿੰਦੂ ਨੂੰ ਬਰਿੰਦੇ ਹਨ, ਸਾਰੇ ਬਹੁ ਜੀ ਦੇ ਮਾਮੀ ਦੇ ਲੜਕੇ ਨੂੰ ਇਸੇ ਤਰ੍ਹਾਂ ਛੁਰਾ ਗੋਪ ਕੇ ਮਾਰ ਦਿੱਤਾ, ਉਹਨੇ ਹਿੰਦੂ ਹੈ ਤੁਹਾਡੇ ਸਾਹਮਣੇ ਗੱਡੀ 'ਚ ਆਉਂਦੇ ਪਏ ਇਮਤਿਹਾਨ ਦੇ ਕੇ, ਨਾਲ ਨਾ ਮੈਂ ਨਾਲ ਕਰਨਾ, ਅੱਛਾ ਅੱਛਾ, ਉਹ ਇਮਤਿਹਾਨ ਦੇ ਕੇ ਆਉਂਦਾ ਪਿਆ, ਇਮਤਿਹਾਨ ਬੱਖਰ ਨੂੰ ਇਮਤਿਹਾਨ ਦੇ ਕੇ ਆਉਂਦੇ ਪਏ, ਅੱਛਾ, ਗੱਡੀ 'ਚ ਬੈਠਾ ਹੀ ਮੀਆਂ ਲਿਆਉਣ ਵਾਸਤੇ ਰਸਤੇ ਦੇ ਵਿੱਚ, ਉਸ ਵੇਲੇ ਬੜਾ ਡਰ ਖਤਰਾ ਹੋ ਗਿਆ ਦਾਵੀ ਦੇ ਇਮਤਿਹਾਨਾਂ 'ਚ, ਫਿਰ ਆਖੇ ਜੀ ਹਿੰਦੂ ਹੈ ਹਿੰਦੂ, ਕਿਹੜੇ ਨਿਕਲੋ ਹਿੰਦੂ ਨਿਕਲ, ਇਹ ਬੈਠੇ ਦਾ ਛੁਪ ਕਰਕੇ ਲੈ ਕੇ ਬਸ ਕਹਿ ਆ ਕੇ ਛੜਾ ਮਾਰ ਮੌਕਾ ਦੇ ਮਰ ਗਿਆ। ਇਹ ਮਾਰਚ ਦੀ ਗੱਲ ਹੋਈ, ਮਾਰਚ 47, ਅੱਛਾ, ਤਾਂ ਤੋਂ ਬਸ ਜ਼ਿਆਦਾ ਗੜਬੜ ਛੁੱਟ ਗਈ, ਫਿਰ ਲੋਕਾਂ ਨੇ ਆਉਣਾ ਇੱਥੇ ਸ਼ੁਰੂ ਕਰ ਦਿੱਤਾ, ਫਿਰ ਜਾਂਦੇ ਜਾਂਦੇ ਇਸ ਪਾਸੇ ਉਸ ਵੇਲੇ ਤਾਂ ਡਿਕਲੇਅਰ ਤਾਂ ਨਹੀਂ ਸੀ ਨਾ ਵੀ ਪਾਕਿਸਤਾਨ ਕਿਹੜਾ ਹਿੰਦੁਸਤਾਨ ਕਿਹੜਾ, ਇੱਕ ਹਿੰਦੁਸਤਾਨ ਹੀ ਸਾਰਾ, ਅਤੇ ਜਲੰਧਰ ਸਾਡੇ ਚਾਚੇ ਹੋਣੇ ਰਹਿੰਦੇ ਹਨ, ਸਾਡੇ ਚਾਚੇ ਉਹ ਰੇਲਵੇ ਸਟੇਸ਼ ਅਸਿਸਟੈਂਟ ਸਟੇਸ਼ਨ ਮਾਸਟਰ ਜਲੰਧਰ ਸਿਟੀ, ਅਤੇ ਸਾਰੇ ਮਾਸੀ ਹੋਣਾ ਰਹਿੰਦੇ ਅਤੇ ਫਿਰੋਜ਼ਪੁਰ ਕੈਂਟ, ਉਹ ਮਿਲਟਰੀ ਡੇਅਰੀ ਫਾਰਮ 'ਚ ਮੈਨੇਜਰ ਹਨ ਸਾਰੇ ਮਾਸਟਰ, ਅਤੇ ਸਾਰਾ ਛੋਟਾ ਚਾਚਾ ਸਭ ਨਾਲ ਉਹ ਮਿਲਟਰੀ 'ਚ ਆਈ, ਇੱਕ ਸਟਾਰ ਵਾਲਾ ਜੇ ਸੀ, ਉਹ ਇੱਕ ਸਟਾਰ ਵਾਲਾ, ਫਿਰ ਸਾਡੀ ਮਾਸੀ ਅਤੇ ਮਾਸਟਰ ਰੋਜ਼ ਮਿਲਦੇ ਰਹਿੰਦੇ ਹਨ, ਹੁਣ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਘਰ ਵਾਲੇ ਸਾਰੇ ਮੀਆਂ ਵਾਲੀ ਹਨ, ਅਤੇ ਸਾਰੇ ਬਹੁ ਜੀ ਦੇ ਮਤਲਬ ਸਾਰੇ ਚਾਚੇ ਦੇ ਖਾਨ ਸਾਰਾ ਖਾਨਦਾਨ ਮੀਆਂ ਵਾਲੇ, ਹੁਣ ਆਖਦੇ ਕਿਸ ਤਰ੍ਹਾਂ ਬਈ ਬੰਦੋਬਸਤ ਕਰ ਕਿ ਆਉਣਾ ਉਹਨਾਂ ਨੂੰ ਕਿਸ ਤਰੀਕੇ ਨਾਲ, ਪ੍ਰੋਗਰਾਮ ਬਣਾਉਂਦੇ ਰਹੇ, ਫਿਰ ਉਹਨਾਂ ਚਾ ਮਾਸੜ ਆਖਿਆ ਸੀ ਮੈਂ ਤੈਨੂੰ ਟਰੱਕ ਕਿਨਾਰੇ ਦਾ ਇਜਾਜ਼ਤ ਗਿਣ ਕੇ, ਅਤੇ ਤੁਸਾਂ ਮਿਲਟਰੀ ਦੇ
छे सात आदमी गए ना परमिशन गए ना उस चले तो लोग अपने घर में आन वहीं सकते हैं ना ते ये तो पार्टीशन तो बाद ही गाले ना जी हाँ जी हाँ ये स्त्री के लाल फिर तुम सारे चाचा गया सवेरे फिरोजपुर शामी पहुँ ये गया 20 सितंबर में ते अगर आप मार्च दे जड़ी गाल करने पे ऐसे भाई उनको मार देता है उन्हें बाद उस बाद घर बढ़ वधी गई अच्छा फिर लोग वो वध विच लोग मियाली छोड़ गया मियाली जाओ जरे जरे हिंदू इलाके हान पे सारे जंदे जंदे रिश्तेदार इस पास यहाँ कहने जलंधर हैं कहने अमृतसर हैं कहने दिल्ली हैं कहने कितने कई उससे लोग भी लोग कर दिया ना जी हाँ वो आते थे कोई शिफ्ट करके अंदर है जी हाँ इसने सारे ही बात चाचे सारे बड़े चाचे आके उसे तो गलियां खुली हैं जी असामी थे आगे सारे सारे दादी दादा ये सारे आ गए जलंधर फिर जिसे पाकिस्तान बन गया 14 अगस्त उन्होंने डिक्लेयर हो गया 15 अगस्त हिंदुस्तान आज़ाद हो गया 14 नवंबर आज़ाद फिर उसके बाद लोग फिर वापस बनने शुरू हो गए अच्छा हाँ कि भाई हम पाकिस्तान बन गए तो हम मुल्क अलग अलग बन गए तो लोग तो थी अपने घर रासी वो फिर सारे बहुत जो है सारे वापस चले गए मैंने बड़े चाचे राह किता भाई तू ही राह किता इतना ही राह अच्छा भाई अगर कोई ना कोई गड़बड़ थी तो एक परेशानी होनी चाहिए थी तो सारे दादी दादा सारे बहुत जो बाकी भरा सारे सर हाँ वापस चले गए मैं बता सारा ना अच्छा मैंने उसे जलंधर छोड़ गया अच्छा तो सारे वापस चले गए ये 25 अगस्त में चले गए मतलब ऐसे सोच के चले गए कि होना सा उठा आराम ना लगा सुन अपना घर संभाल गए अपना घर बार संभाल कारोबार अच्छा आगे तो घर बराबर इस तरह ये कीमती सामान गिन के आ गया वो सारा सामान फिर वापस गिन के गए अच्छा सारा सामान जा गया फिर 20 सितंबर में जिस तरह ज़्यादा गड़बड़ थी तां चाचे सारे उठे गए फिरोजपुर मासी जो ने ट्रक लिता वो गए चाचे ने मिलिट्री गिर दे फिर मियाली पहुँचे सवेरे गए थे शामी पहुँच गए सीधा अपने घर गए म्याने अपने म्याने महल गए बड़ा ट्रक आई लेकिन सर जी म्याण मतलब कि बड़ी खुली सड़क है जिस तरह खुली सड़क है ना बड़ी खुली सड़क है वो थे ट्रक पहुंच गया वो तो पता कि तभी कितने गए चाचे तो था जमा पहले उन्हें सारा कुछ पता है उन्हें आके तेरे बड़े भरा दे ससुराल गए गुरु बाजार ठीक है उत्थे बजा उ ट्रक गिन के आए उत्थे हज़ार आदमी इकट्ठे हो गए एक आके मैंने गिने दूजे आके मैंने गिने तीजे आके ये मेरे पैसे कितने ये मेरा सोना कितने लोग भर के भाग गए फिर सारे चाचे थे मिलिट्री वाले आखे भी तो जिस वजह से ट्रक आना उन्होंने तो पहले बैठाओ हाँ। फिर सारे मासी दे खानदान सारे बैठे सारे खानदान सारे बैठे फिर उतो शामी 6-7 बजे चले जिस वेल शहर में 1 किलोमीटर आए रेल फाटक पार करके तो फिर सारे बहुत जी आके पहले बच्चों तो संभालो मेरा एक छोटा भरा आ गया उस वेल 5 भरा से अच्छा मैं सारा व्डा तो 4 उठाई जी हाँ मैं जलंधर हाँ वो एक सारा छोटा भरा सतपाल रहा गया उस बाद मिलिट्री वाले तो बहुत जी गिन गए खेड़ बताई रो रहे अभी कितने गए सारे घर वो फिर राती 10 बजे सरगोदे पहुँचे सरगोदा जिस पहुँचे तो फिर पता लग गया मी वाली का मारधाड़ शुरू हो गया बहुत लोग मारा हमला हो गया हमला ये लोगों ने कि आपस में मुसलमान ने किया आपस से जेरे पड़ोसी उड़ोसी यार शहर ये गल थी सितंबर दी सितंबर भी 22 सितंबर जनाब मैं पहला वीडियो इस तरह का करेंदा पे जिंदे विच ਇਹ ਗੱਲ ਆਈ ਹੈ ਕਿ ਜੀ ਪਾਰਟੀਸ਼ਨ ਤੋਂ ਬਾਅਦ ਵਾਪਸ ਚਲੇ ਗਏ ਇਹ ਸੋਚ ਕੇ ਕਿ ਹੁਣ ਤਾਂ ਸਭ ਕੁਝ ਠੀਕ ਹੀ ਹੈ ਆਪਣੇ ਘਰ ਜਾ ਕੇ ਰਹੋ ਲੋਕ ਬਣ ਗਏ ਵੱਖਰੇ ਅੰਗਰੇਜ਼ ਨੇ ਕਈ ਹਕੂਮਤਾਂ ਬਦਲੀਆਂ ਅੰਗਰੇਜ਼ ਆਏ ਉਹ ਪਹਿਲੇ ਮੁਗਲ ਬਾਦਸ਼ਾਹ ਹੈ ਸਰਦਾਰ ਆਏ ਕਈ ਰਾਜੇ ਮਹਾਰਾਜੇ ਆਏ ਹਕੂਮਤਾਂ ਤਾਂ ਬਦਲਦੀ ਰਹੀਆਂ ਲੇਕਿਨ ਰਾਏ ਤਾਂ ਕਦਾਈ ਨਹੀਂ ਬਦਲੀ ਜੀ ਜੀ ਇਹ ਰਾਏ ਬਦਲਣ ਦਾ ਇਹ ਪਹਿਲਾ ਮੌਕਾ ਆਇਆ ਹੈ ਕਮਾਲ ਹੈ ਵੱਲ ਉੱਥਾਂ ਜਿਹੜੇ ਤੁਹਾਡੇ ਸਾਰੇ ਰਿਸ਼ਤੇਦਾਰ ਮਤਲਬ ਤੁਹਾਡੇ ਫਾਦਰ ਸਾਹਿਬ ਸਾਰੇ ਆ ਗਏ ਸਾਰੇ ਵਾਪਸ ਸਾਡੇ ਬਚਾ ਚੜ੍ਹੋ ਚਾਚੇ ਆ ਕੇ ਪਹਿਲੇ ਬਜ਼ੁਰਗਾਂ ਨੂੰ ਬੁਲਾਓ ਕਿਸੇ ਅਸੀਂ ਸਾਡੀ ਦਾਦੀ ਦਾਦਾ ਸਾਡੀ ਮਾਤਾ ਜੀ ਸਾਡੇ ਬੱਚੇ ਸਾਡੀ ਮਾਮੀ ਸਾਡੀ ਮਾਮੀ ਵੀ ਸਾਡੀ ਵੀ ਲੱਗੀ ਅਤੇ ਸਾਡੀ ਮਾਸੀ ਦੀ ਤਾਂ ਮਾਂ ਭਰਜਾਈ ਲੱਗੀ ਜੀ ਅਤੇ ਸਾਡੀ ਮਾਸੀ ਦੇ ਸਾਰੇ ਖਾਨਦਾਨ ਇਸ ਤਰ੍ਹਾਂ ਕਰਕੇ 60 ਆਦਮੀ ਆਏ ਅੱਛਾ 60 ਆਦਮੀ ਨੂੰ ਗਹਿਣ ਕਰਕੇ ਦੇ ਇੱਕ ਛੋਟਾ ਟਰੈਕ ਆਈ ਉਸ 60 ਆਦਮੀ ਆ ਗਏ ਬਹੁਤ ਵੱਡਾ ਟਰੈਕ ਤਾਂ ਜਿਹੜਾ ਅੱਜ ਕੱਲ੍ਹ ਉਹ ਨਹੀਂ ਉਸ ਛੋਟਾ ਜੀ ਜੀ ਛੋਟਾ ਟਰੈਕ ਹੁੰਦਾ ਉਹਨਾਂ ਆ ਕੇ ਚਾਚੇ ਆ ਕੇ ਸਮਾਨ ਕੁਛ ਨਹੀਂ ਚਾਹਣਾ ਜੋ ਖਾਲੀ ਜਿਸ ਤਰ੍ਹਾਂ ਬੈਠੇ ਜ਼ਿਆਦਾ ਜ਼ਿਆਦਾ ਆਦਮੀ ਆ ਜਿੰਨੇ ਆਦਮੀ ਆ ਸਕਦੇ ਅਸੀਂ ਸ਼ਾਮੀ ਤੋਂ ਕੱਲ੍ਹ ਵੇਲੇ ਪਹੁੰਚ ਵੀ ਸਾਂ ਕਹਿਣ ਨੂੰ ਕਿ ਪਤਾ ਕਿ ਬਈ ਸਵੇਰੇ ਪਹੁੰਚਣਾ ਜਾਂ ਨਹੀਂ ਪਹੁੰਚਣਾ ਸਮਾਨ ਕੁਛ ਨਹੀਂ ਲੱਚਾ ਜਿੰਨੇ ਆਦਮੀ ਆ ਸਕਣ ਘਰ ਭਰਾ ਭਰਾ ਛੋੜੇ ਚਾਹ ਵੀ ਆ
पड़ोसी ने दिया है, दुकान भरी हुई कपड़े दुकान ही भरी भरा इसका छोड़ गया। इस हाल लेकिन तू सर रह गया पिछा जलंधर रह गया ठीक है सर। चार चार साल वो उसे जीन ट्रांसफर आई। अच्छा जीन। हाँ जीन वो उसे गुड्स क्लर्क आई बस हम चाचे चाची नाल कहने गुड़ उठे गुड़े बजा कहने दे और इस तरह इतों अस से लड़ाई झगड़े शुरू हो गए बहुत इतों से रोज़ देख देख गड्डियाँ क्रॉस कर दी जीन स्टेशन इतों लाशा में आदि उड़ू लाशा आदि कट कटा के गड्डियाँ उड़ू माल गड्डी दें अंगूर आने का सीजन होंगे उन्होंने ध्यान। अच्छा अंगूर आते हैं बड़े माल ये भी आ रहे काम सारे चल रहे हैं तो बड़े दुनिया गड्डिया के गड्डिया लुटते हैं लाशा की गड्डिया ना दिखियाँ सू याद है पूरा अच्छी गल किस तरह लोगों ने इत मुसलमान की गई लाश हिंदुओं दई मारदा सारिया ज्यादा आदि हिंदू घट हो बहुत लोग मर गया हूँ वे उतना हिंदू बहुत ज्यादा है ना वो सारे पंजाब ही हिंदू आ गए ना हाँ। कोई भी हिंदू बच्चे नहीं पंजाब आ गए सिंध च बहुत सारे लोग आ गए वो सर गुजरात वाले पास जयपुर बंबे वाले पास चले गए सर पंजाब वाले सर इस पास नहीं है कोई राजस्थान गए जो गंगानगर इलाका ही बीकानेर इलाके उड़ू राज सिंधी उस पास आ गए सारे फैल गए हम इतने हिंदुस्तान जी कोई वाकफ कार आई हाँ कोई कितने गए उस सीधे जिले जलंधर आने का तरीका सब 15 दिहाड़े पहुंचे एक दिहाड़े रस्ता ही 15 दिहाड़े लग गए रस्ते गड्डी गड्डी ट्रक के ची ट्रक के ची किस तरह 15 दिहाड़े लग गए सन बहुत घंटे सहन दिन जिस रात सरगोदे पहुंचे 9-10 बजे तो उ फिर पता लगे कि मी आगे हमला हो गया हूँ अगे भी गड़बड़ बड़ी हो रही है हूँ तो सर नजर लोगों ने पुलिस वालों को पूछा कि मिलिट्री वाले को पूछा कि मिलिट्री वाले ने एक महीने बाद सलाह तो ठीक दें उन्होंने हल न जो इतने वो त्रै जड़े सर गोदे लग गए। अच्छा खाण गुंडे बंदोबस्त कर मिलिट्री वाले कैंप जवान के गेंद के आने सर चाचे होना फिर त्रै दिन बाद उ फिर चले अगू जड़ा ली आंदा कुछ जड़ा लिया लायलपुर लायलपुर जाना उत्तर डिहार दो रहे जड़ा ले रहे इस तरह करके फिर कसूब रहे उत्तर रस्ते काफले देख रहे हैं कितने लोगों की सर बैल ठहलते लोग औरत आदि बिस्तरे समान कई हजार की तादाद बैलगड्डी लोग इतने आंदा फिर कुदरत ने कहा कि बारिश आ गई फ्लड आ गया हाँ। कितने ट्रक खराब हो गया कितने इस तरह करके 15 दिहाड़े बाद तरन तारण पहुँचे वाया कसूर 15 दिहाड़े बाद पहुँचे फिर जलंधर आए तो इस पहुंचे तो शांति ये हालत नाल इतनी मुश्किल नाल पहुंचे सारी मां सारी चाची दी सारी बड़ी चा ताई है ना उन भरा रहा गया उन्हें भेण आ गई तो सारी चाची आ गई भरा में तुसें ही बहो वो आखिर तुस जनानियां बच्चे निकल वन आदमी तो किसी तरह औखे तो सौखे उस बेचारे आदमी जिस इतने गए तो फिर पिछे पता लगे कि उसने मार छोड़ा कई लोग मियांवाली शहर मारे गए। हाँ हर शहर हर शहर बड़े शहर बहुत ही जुलम हो बहुत ही हम फिर मैं इसलिए इतने आए गए ना फिर बाद कहानी पता चल लगे मैं भी उतने गया तो बहुत जन दसते रहे कि भाई अस उ ना सानू पड़ोसियों पड़ोसियों को खतरा है उगो लुटन बरन आते हैं नाल वांडे शहर ने उन्हें लोगों ने हमला किया शहर के ना जो वांडे किए ना जी उन्होंने लोगों ने हमला किया उन्हें मारधार लुट मार मचाई लगे सारे घर वाले सारे खानदान चु कोई सारे जे बहुत जी मामे लड़का एक उस छोड़ा लगा वो मर गया बाकी वो सारे सही सलामत आ गए। अच्छा मैं सुना है कि तुसा इतना सब कुछ होने के बावजूद भी फिर तू अपना घर देखन गया वे सारा वैसे ब्रेक कोई नहीं लगी 47 बाद ही सारे खतों किताब जारी रही सारे जे घर हूँ रहा बहुत जी दोस्त हैं असं चाबी शाबी उन्होंने हवाले कराया से हाँ। दुकान दे सारा उन्होंने सारा बड़ा प्यार मुहब्बत आई सारे वाले सारे पिता जी और जो अज बच्चे उन्होंने रहा उन्होंने पिता जी कट्ठे जमाती हैं उन्होंने सारे घर के सामने बड़ी वही हवेली है वो खाजा खानदान है। अच्छा वो गार्ड रेलवे गार्ड आई चाबी उन्होंने को लेके आया सब कुछ अच्छा घर बार हवाले करके आ गया ना
ਤੇ 47 ਤੋਂ ਲੈ ਕੇ ਅੱਜ ਤੱਕ ਖਤੋ ਕਿਤਾਬ ਜਾਰੀ ਆਈ ਜਾਰੀ ਆਈ ਉਸ ਤੋਂ ਬਾਅਦ ਚਾਲੂ ਰਹੀ ਹੈ ਆਉਣ ਵਿੱਚ ਜਾਰੀ ਰਹੀ ਆਈ ਨਾ ਸਾਡੇ ਮਾਮਾ 5-7 ਸਾਲ ਨਾਰਮਲ ਹਾਲਾਤ ਹੀ ਗਏ ਉਹ ਫਿਰ ਵਹਿਣੇ ਸ਼ੁਰੂ ਹੋ ਗਏ ਉਹ ਬੜੇ ਮਸ਼ਹੂਰ ਸਾਡੇ ਮਾਮੇ ਜਿਹਨ ਬੜੇ ਮਸ਼ਹੂਰ ਹੈ ਮਨੋਹਰ ਸ਼ਾਹ ਆਹੂਜਾ ਉਹਨਾਂ ਦਾ ਨਾਂ ਹੈ ਮਨੋਹਰ ਸ਼ਾਹ ਆਹੂਜਾ ਅੱਛਾ ਕਿਆ ਕਰਨ ਦੇ ਆ ਉਹ ਉਹਨਾਂ ਦੇ ਜ਼ਿੰਮੇਦਾਰ ਹਨ ਮਸ਼ਹੂਰ ਹਨ ਮਸ਼ਹੂਰ ਬੜੇ ਵੈਸੇ ਉੱਥੋਂ ਦੇ ਬੜੇ ਮੰਨੇ ਆਏ ਠੀਕ ਹੈ ਮਸ਼ਹੂਰ ਆਦਮੀਆਂ ਠੀਕ ਹੈ ਵੱਡੇ ਬੜੇ ਵੱਡੇ ਲੋਕਾਂ ਦੀ ਗਿਣਤੀ ਹੁੰਦੇ ਹਨ ਉਹ ਫਿਰ 5-7 ਸਾਲ ਦੇ ਬਾਅਦ ਉਹਨਾਂ ਆਪ ਬਣਨਾ ਸ਼ੁਰੂ ਕੀਤਾ ਉਹ ਫਿਰ 92 ਤੱਕ ਚੱਲਦਾ ਰਿਹਾ ਚੱਲਦਾ ਰਿਹਾ 92 ਜੋ ਮੈਨੂੰ ਇਸ ਵਾਰੀ ਨਾਲ ਗਿਣ ਗਿਆ ਅੱਛਾ ਦਸੰਬਰ ਤੁਸੀਂ 1992 ਪਹਿਲੀ ਵਾਰੀ ਗਿਆ 92 ਪਹਿਲੀ ਵਾਰ ਗਿਆ ਤਾਂ ਉਸ ਵੇਲੇ ਜਿਹੜੇ ਅੱਜ ਕੱਲ੍ਹ ਹੁਣ ਪਿਛਲੇ ਇਲੈਕਸ਼ਨ ਦੇ ਪਹਿਲੇ MP ਆਈ ਨਾ ਉਸਦੀ ਉਸ ਵਕਤ ਉਸ ਸ਼ਾਦੀ ਆਈ ਮੈਂ ਵੀ ਗਿਆ ਅੱਛਾ ਰੋਖੜੀ ਖਾਨਦਾਨ ਦੇ ਠੀਕ ਠੀਕ ਗੁਲ ਅਮੀਰ ਦੇ ਲੜਕੇ ਦੀ ਸ਼ਾਦੀ ਆਈ ਹੁਮੈਰ ਖਾਨ ਦੇ ਲੜਕੇ ਹੁਮੈਰ ਖਾਨ ਦੀ ਉਹ ਸ਼ਾਦੀ ਦੇ ਅਸੀਂ ਗਏ ਸੀ ਅਤੇ ਉਹ ਉਹਨਾਂ ਦੇ ਜਿਹੜੇ ਮਾਮੇ ਹਨ ਬਹੁਤ ਵੱਡੇ ਸਿਆਸਤਦਾਨ ਹਨ ਅਮੀਰ ਅਬਦੁੱਲਾ ਖਾਨ ਰੋਖੜੀ ਉਹ ਲਾਹੌਰ ਆਉਂਦੇ ਹਨ ਉਹ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਸਿਆਸਤ ਦੇ ਜਨ ਉਹ ਬਹੁਤ ਅਮੀਰ ਆਦਮੀ ਹਨ ਬਹੁਤ ਵੱਡੇ ਆਦਮੀ ਹੈ ਫਿਰ ਸਾਡੇ ਮਾਮੇ ਦੇ ਉਹਨਾਂ ਨਾਲ ਬੜੀ ਯਾਰੀ ਦੋਸਤੀ ਆਈ ਫਿਰ ਉਹ ਉਹਨਾਂ ਨੂੰ ਹਰ ਵਕਤ ਸਮਝਾਉਂਦੇ ਹਨ ਅਤੇ 92 'ਚ ਜੇ ਵੇਲੇ ਗਿਆ ਹੋਵੇ ਪਹਿਲੀ ਵਾਰੀ ਤਾਂ ਕਿਆ ਮੰਜ਼ਰ ਰਿਹਾ ਹਾਈ ਜਿਹਨੇ ਤੁਹਾਨੂੰ ਮਜਬੂਰ ਕਰ ਦਿੱਤਾ ਵਾਰੀ 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 ਬਸ ਉੱਥੇ ਗਿਆ ਤਾਂ ਇਤਨਾ ਦਿਲ ਲੱਗਾ ਇਤਨਾ ਉਸ ਤੋਂ ਪਹਿਲੇ ਸਾਰੇ ਮਾਮੇ ਦੇ ਖਾਨ ਆਉਂਦੇ ਵਹਿੰਦੇ ਰਹਿਣ ਨਾ ਸਰ ਮੇਰਾ ਦਿਲ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ ਵੰਜਣ ਵਾਸਤੇ ਉਹ ਸਾਰੇ 1990 'ਚ ਨਾ ਮਾਮੇ ਦੇ ਘਰ ਉਹ ਆਏ ਬੈਠੇ ਹਨ ਮੀਆਂਵਾਲੀ ਦੇ ਠੀਕ ਹੈ ਕਿਤੇ ਲੋਕ ਉਰਸ 'ਤੇ ਆਉਂਦੇ ਨਾ ਅਜਮੇਰ ਦੇ ਉਰਸ 'ਤੇ ਜੀ ਔਰ ਦਿੱਲੀ ਦੇ ਨਿਜ਼ਾਮਉਦੀਨ ਉਰਸ 'ਤੇ ਮੀਰ ਖੁਸਰੋ ਉਰਸ 'ਤੇ ਤਾਂ ਹਰ ਸਾਲ 3-4 ਉਰਸ ਲੱਗਦੇ ਨੇ ਤਾਂ ਕੋਈ ਨਾ ਕੋਈ ਗਰੁੱਪ ਵਿੱਚ ਸਾਡੇ ਮੀਆਂਵਾਲੀ ਦੇ ਵੀ ਜ਼ਰੂਰ ਹੁੰਦੇ ਅਤੇ ਜਿਹੜੇ ਆਵੇ ਤਾਂ ਸਾਡੇ ਮਾਮਾ ਜੀ ਨੂੰ ਜ਼ਰੂਰ ਮਿਲਦੇ ਹਨ ਅਤੇ ਉਹ ਫਿਰ ਮਿਲੇ ਤਾਂ ਉਹ ਉਹਨਾਂ ਦੇ ਘਰ ਬੈਠੇ ਰੋਟੀ ਖਾ ਰਹੇ ਦੁਪਹਿਰ ਵੇਲੇ ਅਤੇ ਮੈਂ ਸਾਡੇ ਉਹਨਾਂ ਦੇ ਵੱਧੇ ਲੜਕੇ ਮੇਰੇ ਸਾਂਡ ਹੋਏ ਅੱਛਾ ਅਤੇ ਮੈਂ ਕੁਦਰਤੀ ਪਹੁੰਚ ਗਿਆ ਅਤੇ ਉਹ ਆਪਣੀ ਬੋਲੀ 'ਚ ਗੱਲਾਂ ਕਰਦੇ ਪਏ ਹਨ ਤਾਂ ਮੈਨੂੰ ਬੜੀ ਦਿਲਚਸਪੀ ਆ ਗਈ ਬਸ ਮੈਂ ਹੀ ਬਾਹਰ ਗਏ ਗੱਲਾਂ ਕਰਦੇ ਕਰਦੇ ਰੋਟੀ ਖਾਧੀ ਬਸ ਮੈਂ ਉਹਨਾਂ ਨੇ ਕਿਹਾ ਤੁਸੀਂ ਵੀ ਸ਼ਾਮੀ ਬਾਏ ਸਾਡੀ ਦੁਕਾਨ ਨਾਲ ਨਜ਼ਦੀਕ ਗਲੀ ਕਾਸਰਾਂ ਬਲੀ ਮਾਰਾ ਮਿਰਜ਼ਾ ਗਾਲਬ ਦੀ ਹਵੇਲੀ ਦੇ ਨਾਲ ਸਾਡੀ ਦੁਕਾਨ ਹੈ ਅਤੇ ਤੁਸੀਂ ਆਏ ਉਹ ਸ਼ਾਮੀ 5-6 ਵਜੇ ਆ ਗਿਆ ਉਹ 4 ਆਦਮੀ ਜਿਹੜੇ ਆਏ ਹਨ ਉਹ ਆ ਗਿਆ ਮਿਲੇ ਫਿਰ ਗੱਲਬਾਤ ਕਰਦੇ ਰਹੇ ਫਿਰ ਮੈਂ ਉਹਨਾਂ ਨੇ ਆਖਿਆ ਚਲੋ ਕਿਧਰੇ ਦਾ ਪ੍ਰੋਗਰਾਮ ਹੈ ਕਿ 4-5 ਜਣਾ ਸਾਡਾ ਵੀਜ਼ਾ ਹੁੰਦਾ ਨਿਜ਼ਾਮਉਦੀਨ ਦੀ ਉਰਸ 'ਤੇ ਯਾਰ ਫਿਰ ਉਹਨਾਂ ਮੈਂ ਕਿਹਾ ਸਾਡੇ ਘਰ ਡੈਡ ਰੋਟੀ ਖਾਣ ਵਾ ਬਸ ਕੱਲ੍ਹ ਦੂਜੇ ਡੈਡੀ ਉਹਨਾਂ ਨੇ ਰੋਟੀ ਮਾਨ ਕੀਤੀ ਰੋਟੀ ਕੌਣ ਸਾਡੇ ਘਰ ਆਏ ਠੀਕ ਹੈ ਮਾਮਾ ਵੀ ਸਾਡੇ ਨਾਲ ਉਹਨਾਂ ਦੇ ਨਾਲ ਆਇਆ ਰੋਟੀ ਖਾਧੀ ਫਿਰ ਬੜੀ ਦਿਲਚਸਪੀ ਵਧਦੀ ਗਈ ਪਿਆਰ ਵਧਿਆ ਕਿ ਆਪ ਹੀ ਜ਼ਬਾਨ ਦੀ ਗੱਲਾਂ ਕਰੋ ਫਿਰ ਪੁਰਾਣੀ ਗੱਲਾਂ ਸੱਤਵੀਂ ਪੜ੍ਹਦਾ ਯਾਦ ਦਾ ਸਾਰਾ ਕੁਛ ਹੈ ਉਸ ਵੇਲੇ 92 ਸਮਝ ਫਿਰ 45 ਸਾਲ ਹੋ ਚੁੱਕਿਆ ਲੇਕਿਨ ਆਪਣੀ ਜ਼ਬਾਨ ਤਾਂ ਨਾ ਹੀ ਭੁੱਲੀ ਨਾ ਉਹ ਲੋਕ ਬੜੇ ਹੈਰਾਨ ਵੀ ਤੁਸੀਂ ਸਾਰੀ ਬੋਲੀ ਕਿਸ ਤਰ੍ਹਾਂ ਬੋਲਦੇ ਹੋ ਮੈਂ ਆਖਿਆ ਤੁਸੀਂ ਸਾਰੀ ਬੋਲੀ ਬੋਲਦੇ ਹੋ ਅਸਾਂ ਤਾਂ ਵੱਡੇ ਹਾਂ ਤੁਸੀਂ ਛੋਟੇ ਹੋ ਅਤੇ ਤੁਸੀਂ ਸਾਰੀ ਅਸਾਂ ਤੁਹਾਡੇ ਤੁਸੀਂ ਉਲਟ ਸਾਰੀ ਬੋਲੀ ਬੋਲਦੇ ਹੋ ਬਸ ਉਹਨਾਂ ਦਾ ਬੜਾ ਦਿਲ ਕਰਦਾ ਵੀ ਅਸਾਂ ਆਇਆ ਗਿਆ ਕਰ ਕੌਣ ਹੈ ਫਿਰ ਬਿਆਨ ਵਿੱਚ ਬੜੇ ਖੁਸ਼ ਤੇ ਫਿਰ ਕਿਆ ਵਿੱਚ ਉਹਨਾਂ ਦਾ ਹੋਰ ਦੂਸਰਾ ਗਰੁੱਪ ਆਇਆ ਫਿਰ ਉਹ ਮਿਲੇ ਉਹ ਫਿਰ ਉਸ ਅਸ਼ੋਕ ਯਾਤਰੀ ਨਿਵਾਸ ਠਹਿਰਦੇ ਜਿਹੜਾ ਦਿੱਲੀ ਦੇ ਉਰਸ 'ਤੇ ਆਉਣ ਅਸ਼ੋਕ ਯਾਤਰੀ ਨਿਵਾਸ ਨੇ ਕਨਾਲ ਪਲੇਸ ਉੱਥੇ ਠਹਿਰਦੇ ਫਿਰ ਉਹ 6-7 ਡੇਟ ਦਾ ਵੀਜ਼ਾ ਹੁੰਦਾ ਫਿਰ ਉਹ ਮੈਨੂੰ ਮਿਲੇ 90 'ਚ ਆਏ ਫਿਰ 91 'ਚ ਆਏ ਫਿਰ 92 'ਚ ਉਹਨਾਂ ਆਖਣ ਤੂੰ ਵੀ ਜ਼ਰੂਰ ਆਵੇ ਸਰ ਮੀਆਂਵਾਲੀ ਬਿਹਾਰ ਦੀ ਬੋਲੀ ਆ ਤੇ ਤੂੰ ਆ ਤੂੰ ਤੂੰ ਬਹੁਤ ਹੈ ਵੱਡਾ ਹੋਵੇ ਛੋਟਾ ਹੋਵੇ ਸਾਰੇ ਤੂੰ ਜੀ ਹਾਂ ਤੂੰ ਕਰਕੇ ਬਵਾਦਰ ਤੂੰ ਅਸਲ 'ਚ ਪਿਆਰ ਦਾ ਪਿਆਰ ਹੈ ਚਾਚਾ ਕੋਈ ਮੈਨੂੰ ਚਾਚਾ ਆਖਣ ਲੱਗ ਗਿਆ ਯਾਰ ਛੋਟੇ ਅੰਦਰ ਚਾਚਾ ਤੂੰ ਜ਼ਰੂਰ ਆਵੇ ਚਾਚਾ ਤੂੰ ਜ਼ਰੂਰ ਆਵੇ ਅੱਛਾ ਉਹ ਫਿਰ ਬਿਆਨ ਜਿਸਲ ਮਾਮਾ ਮੰਜਣ ਲੱਗਾ ਨਾ ਤਾਂ ਮੈਨੂੰ ਇੱਦਾਂ ਤੂੰ ਹੀ ਚੱਲ ਉਹਨੇ ਰਹਿਣ ਬਾਬਰੀ ਮਸਜਿਦ ਟੁੱਟ ਗਈ ਆਈ 6 ਦਸੰਬਰ 92 ਦੀ ਗੱਲ ਠੀਕ ਹੈ
ਤੇ ਉਸ ਤੋਂ ਬਾਅਦ 28 ਦਸੰਬਰ ਨੂੰ ਸ਼ਾਦੀ ਆਈ ਤੇ ਨਾ ਮੈਂ ਆਖਿਆ ਤੂੰ ਚੱਲਣਾ ਹੀ ਮੈਂ ਆਖਿਆ ਚੱਲ ਮੇਰਾ ਪਾਸਪੋਰਟ ਆ ਕੇ ਬਣਵਾ ਪਾਸਪੋਰਟ ਫਟਾਫਟ ਬਣ ਕੇ 15 ਵਜੇ ਪਾਸਪੋਰਟ ਬਣ ਗਿਆ ਅਤੇ ਅਸੀਂ 28 ਨੂੰ ਸਵੇਰੇ ਚਲੇ ਗਏ ਹਵਾਈ ਜਹਾਜ਼ 'ਤੇ ਉਹਨਾਂ ਨੇ ਜਹਾਜ਼ 'ਤੇ ਮੈਂ 5-6 ਵਾਰੀ ਗਿਆ ਹਵਾਈ ਜਹਾਜ਼ 'ਤੇ ਬੈਠਣਾ 3000 ਕਿਰਾਇਆ ਲੱਗਦਾ ਇੱਕ ਉਸ ਵਕਤ ਸ਼ਾਮੀ ਪਹੁੰਚ ਗਏ ਰਾਤੀ ਬਰਾਤ ਆਈ ਬੜਾ ਬੜਾ ਬੰਗਲਾ ਉਹਨਾਂ ਦਾ ਰੋਕੜੀ ਸਾਹਿਬ ਦਾ ਅਮੀਰ ਅਬਦੁੱਲਾ ਖਾਨ ਰੋਕੜੀ ਉਹਨਾਂ ਦੇ ਬਣੇ ਦੀ ਸ਼ਾਦੀ ਆਈ ਫਿਰ ਉੱਥੇ ਫਿਰ ਉੱਥੇ ਡਿਹਾੜੂ ਠਹਿਰੇ ਸਾਰਾ ਲਾਹੌਰ ਸਾਰਾ ਡਿੱਠਾ ਸ਼ਹਿਰ ਬਾਜ਼ਾਰ ਡਿੱਠਾ ਫਿਰ ਬਾਜ਼ਾਰ ਗੜ ਗਿਆ ਤਾਂ ਸਾਨੂੰ ਉਹਨਾਂ ਨੇ ਬੁਲਟ ਪ੍ਰੂਫ ਕਾਰ ਦਿੰਦੇ ਹਨ ਅੱਛਾ ਡਰਾਈਵਰ ਨਾਲ ਬੁਲਟ ਪ੍ਰੂਫ ਕਾਰ ਬੜੀ ਵੱਡੀ ਇੰਪੋਰਟਡ ਕਾਰ ਉੱਥੇ ਸਾਰੀ ਇੰਪੋਰਟਡ ਕਾਰ ਆ ਫਿਰ ਅਸੀਂ ਉਹਨਾਂ ਨਾਲ ਕਾਰ 'ਤੇ ਸਾਡੇ ਹੱਥ ਘੁੰਮਾਂ ਫਿਰਾਂ ਫਿਰ ਇੱਕ ਜਿਹੜੇ ਬਾਜ਼ਾਰ ਗਏ ਅਨਾਰਕਲੀ ਬਾਜ਼ਾਰ ਅਤੇ ਉੱਥੇ ਲੋਕ ਡਰਾਈਵਰ ਨਾਲ ਆਈ ਉਹਨਾਂ ਅਕਸਰ ਮਹਿਮਾਨ ਆਏ ਅਮੀਰ ਅਬਦੁੱਲਾ ਖਾਨ ਸਾਹਿਬ ਦੇ ਮਹਿਮਾਨ ਫਿਰ ਵਿੱਚੋਂ ਤੋਂ ਸਮਝ ਕੇ ਤਾਂ ਵੱਡੇ ਆਦਮੀ ਮਹਿਮਾਨ ਤਾਂ ਇਹੀ ਵੱਡੇ ਆਦਮੀ ਹੋ ਅੱਲਾ ਕਿ ਜੀ ਬਾਬਰੀ ਮਸਜਿਦ ਦਾ ਕਿਆ ਚੱਕਰ ਹੈ ਮੈਂ ਕਿਹਾ ਬਾਬਰੀ ਮਸਜਿਦ ਟੁੱਟ ਉਹਨੇ ਤੋੜੀ ਅੱਗੇ ਤਾਂ ਬਸ ਇਸ ਤਰ੍ਹਾਂ ਕੁਛ ਤਾਂ ਨਮਾਜ਼ ਤਾਂ ਪੜ੍ਹਦੇ ਕੋਈ ਨਾ ਕਹਿੰਦੇ ਲੋਕਾਂ ਨੂੰ ਪਤਾ ਹੀ ਕੋਈ ਨਾ ਕਿ ਬਾਬਰੀ ਮਸਜਿਦ ਹੈ ਕਿ ਨਹੀਂ ਹੈ ਅਤੇ ਉਹ ਅਸਲ ਹੀ ਤਾਂ ਮੰਦਰ ਆਈ ਉਸ ਕਰਕੇ ਲੋਕਾਂ ਨੇ ਤੋੜ ਦਿੱਤੀ ਬਸ ਅੱਗੇ ਜੀ ਬੜਾ ਗੁੱਸਾ ਹੈ ਸਾਡੇ ਲੋਕਾਂ ਨੂੰ ਮੈਂ ਕਿਹਾ ਗੁੱਸਾ ਤਾਂ ਕੋਈ ਨਮਾਜ਼ ਕੋਈ ਪੜ੍ਹੇ ਤਾਂ ਤਾਂ ਉਹ ਬਈ ਨਾ ਟੁੱਟਿਆ ਉਹ ਤਾਂ ਇੰਝ ਮਤਲਬ ਇੱਕ ਤਰ੍ਹਾਂ ਬਰਬਾਦ ਪਈ ਆਈ ਖੰਡਰ ਪਈ ਆਈ ਬਿਲਕੁਲ ਫਿਰ ਕਈ ਲੋਕ ਦਾ ਗੁੱਸਾ ਹੀ ਆਉਂਦਾ ਅਤੇ ਕਹਿਣ ਲੈ ਬਸ ਕੰਟਰੋਲ ਹੀ ਕਰ ਦਿੰਦੇ ਫਿਰ ਅਸੀਂ ਜ਼ਿਆਦਾ ਗੱਲਬਾਤ ਕਿਉਂ ਇਲਾਕਾ ਜਿਸ ਤਰ੍ਹਾਂ ਉਹਨਾਂ ਦਾ ਬਿਲਕੁਲ ਫਿਰ ਅਸੀਂ 2 ਦਿਨਾਂ ਬਾਅਦ ਪਹਿਲੀ ਤਰੀਕ ਨੂੰ ਮੀਆਂ ਵਾਲੀ ਪਹੁੰਚ ਗਏ ਪਹਿਲੀ ਨਵੇਂ ਸਾਲ ਅੱਛਾ ਜਿਸ ਮੀਆਂ ਅਸਾਂ ਕੁਛ ਸਰ ਕੋ ਜਿਤਨੇ ਦਿਹਾੜੇ ਰਮਾਨ ਮੀਆਂ ਵਾਲੀ ਬੁਰ ਕਾਰ ਉਣਾਈਂਦੀ ਸਰ ਕੋ ਬੁਲਟ ਪ੍ਰੂਫ ਕਾਰ ਪੈਟਰੋਲ ਡਰਾਈਵਰ ਸਾਰਾ ਉਣਾਈਂਦੇ ਖਰਚਾ ਹੁੰਦੇ ਉਹ ਫਿਰ ਅਸਾਂ ਉੱਥੇ ਜਿਸ ਤਰ੍ਹਾਂ ਮੀਆਂ ਵਾਲੀ ਸਰਹੱਦ ਆਈ ਮਾਈਲ ਮੈਟਰ ਉਹ ਡਿਸੇ ਬੋਰਡ ਮੀਆਂ ਲਿਆ ਕੇ ਕੱਢੀ ਖੜੀ ਕਰਾ ਕੇ ਸਲਾਮ ਕੀਤਾ ਮੱਥਾ ਟੇਕਿਆ ਵੀ ਆਪਣੀ ਜ਼ਿਲ੍ਹੇ 'ਚ ਪਹੁੰਚ ਗਿਆ ਬੜਾ ਦਿਲ ਮਤਲਬ ਅੱਖੀਆਂ ਹੰਝੂ ਵੀ ਆ ਗਏ ਕਿ ਅਸਾਂ ਆਪਣੇ ਇਲਾਕੇ 'ਚ ਪਹੁੰਚ ਗਏ ਫਿਰ ਸ਼ਹਿਰ ਪਹੁੰਚ ਗਏ ਅਤੇ ਉਹ ਫਿਰ ਅਸਾਂ ਸ਼ਹਿਜ਼ਾਦ ਹੋਟਲ 'ਚ ਠਹਿਰੇ ਸ਼ਹਿਜ਼ਾਦ ਹੋਟਲ ਸਾਰੇ ਉਹ ਦਿੱਲੀ ਆਉਂਦੇ ਹੁੰਦੇ ਨਾ ਮਾਮੇ ਦੇ ਦੋਸਤ ਉਹ ਸਰ ਕੋਈ ਕਿਰਾਇਆ ਸ਼ਰਾ ਤਾਂ ਕੁਛ ਨਹੀਂ ਕਹਿੰਦੇ ਨਾ ਫਿਰ ਅਸਾਂ ਠਹਿਰੇ ਫਿਰ ਸ਼ਹਿਜ਼ਾਦ ਹੋਟਲ ਪਹਿਲੇ ਉਹ ਵੀ ਆ ਚੁੱਕੇ ਹਨ ਹੁਣ ਆਦਿ ਲਾਲਾ ਤੂੰ ਦੱਸ ਤੂੰ ਆਪਣੇ ਉਸਮੇ ਲਾਲਾ ਵੀ ਰਹਿੰਦੇ ਚਾਚੇ ਰਹਿੰਦੇ ਲਾਲਾ ਤੂੰ ਦੱਸ ਆਪਣਾ ਘਰ ਲੱਭ ਗਏ ਸੀ ਮੈਂ ਕਿਹਾ ਬਿਲਕੁਲ ਲੱਭ ਗਏ ਆਖੇ ਸਰ ਲਾਲਾ ਗੁਬਾ ਰਸਤਾ ਦੱਸ ਬਾ ਕੇ ਮੈਂ ਕਿਹਾ ਇਸ ਤਰ੍ਹਾਂ ਕਰੋ ਇਹ ਰਸਤਾ ਵੰਨਿਆ ਕਿ ਰੇਲਵੇ ਫਾਟਕ ਪਾਰ ਕਰਕੇ ਫਿਰ ਸੱਜਿਆ 'ਤੇ ਵੰਨਿਆ ਅਤੇ ਫਿਰ ਸਿੱਧਾ ਮੇਨ ਬਾਜ਼ਾਰ ਲੱਗੇ ਜੋ ਆਖਿਰ 'ਤੇ ਮੈਂ ਕਿਹਾ ਪਾਵਲੀਆਂ ਵਾਲੀ ਚੌਕ ਆ ਸੀ ਅੱਛਾ ਪਾਵਲੀ ਚੌਕ ਸਿਰੇ ਆ ਕੇ ਪਹੁੰਚ ਗਏ ਨਾ ਉਹ ਖੁੱਲ੍ਹੀ ਜਗ੍ਹਾ ਆਈ ਮੈਨੂੰ ਯਾਦ ਆਈ ਮੈਂ ਖੱਬਿਆ ਤੇ ਹੁਣ ਬੜਾ ਖੱਬਿਆ ਤੇ ਗੁਲੂ ਮੈਂ ਮੀਆਂ ਸਾਹਿਬ ਦਾ ਘਰ ਮੀਆਂ ਨਸਰੋਲੀ ਦਾ ਬੜੀ ਖੁੱਲ੍ਹੀ ਇਸ ਤਰ੍ਹਾਂ ਖੁੱਲ੍ਹੀ ਸੜਕ ਆਈ ਉਸ ਤੋਂ ਬਾਅਦ ਅੱਗੇ ਇੱਕ ਗਲੀ ਆਈ ਉਸ ਤੋਂ ਬਾਅਦ ਬਾਅਦ ਇੱਕ ਹੋਰ ਗਲੀ ਆਈ ਹੁਣ 2 ਗਲੀ ਵਿਚਾਲੇ ਮੈਂ ਖਲੋ ਗਿਆ ਹੁਣ ਮੈਂ ਥੋੜ੍ਹਾ ਜਿਹਾ ਸ਼ੱਕ ਮੈਂ ਪਹਿਲੀ ਗਲੀ ਸਾਡੇ ਘਰ ਆਈ ਕਿਉਂ 45 ਸਾਲ ਹੋ ਗਏ ਨਾ 47 ਔਰ 92 45 ਸਾਲ ਹੋ ਗਏ ਉਸ ਵੇਲੇ ਬਚਪਨ ਆਈ ਅਤੇ ਹੁਣ ਤਾਂ ਸ਼ਾਦੀ ਸੀ ਸਾਰੇ ਬੱਚੇ ਹੀ ਵੱਡੇ ਵੱਡੇ ਹੋ ਗਏ ਅਤੇ ਲੜਕੀ ਦੀ ਸ਼ਾਦੀ ਕਰ ਕੀਤੀ ਅਤੇ 45 ਸਾਲ ਬੜਾ ਉਮਰ ਆਉਂਦੀ ਹੈ ਨਾ ਮਤਲਬ ਵਕਫਾ ਵਿਚਾਲੇ 45 ਅਤੇ 15 ਮਤਲਬ ਉਸ ਵੇਲੇ ਮੈਂ 60 ਸਾਲ ਦਾ ਹੋ ਗਿਆ ਅਤੇ ਫਿਰ ਮੈਂ ਉਸ ਗਲੀ ਖਲੋਤਿਆ ਕਿ ਹੁਣ ਘਰ ਲੱਭ ਮੈਂ ਆਖੇ ਘਰ ਠਹਿਰੋ ਤੁਸੀਂ ਘਰ 'ਤੇ ਖੜੇ ਕਰੋ ਮੈਂ ਗਲੀ ਦੇਖ ਕੇ ਆਉਣਾ ਪਹਿਲੀ ਗਲੀ ਮੈਂ ਨਾ ਡਿੱਠੀ ਅਗਲੀ ਗਲੀ ਮੈਂ ਉਹ ਜੀ ਸਮਾਂ ਕੀ ਨਿਸ਼ਾਨੀ ਹੈ ਉਹ ਗਲੀ ਸਿੱਧੀ ਆਰ ਪਾਰ ਮੇਲੇ ਵਾਲੇ ਪਾਸੇ ਨਿਕਲ ਜਾਂਦੀ ਹੈ ਅਗਲੀ ਗਲੀ ਜਿਸ ਮੈਂ ਗਏ ਨਾ ਅਤੇ ਉਹ ਤਾਂ ਗਏ ਅੰਦਰ ਉਹ ਗਲੀ ਬੰਦ ਮੈਂ ਕਿਹਾ ਨਹੀਂ ਬਾਅਦ ਮੈਂ ਪਿੱਛੇ ਆਇਆ ਜਿੱਥੇ ਕਾਰ ਖਲੋਤੀ ਆਈ ਮੈਂ ਕਿਹਾ ਬਸ ਉਸ ਗਲੀ 'ਚ ਗਿਆ ਗਲੀ 'ਚ ਗਿਆ ਟੁਰਦਾ ਉਹ ਆ ਗਈ ਮੇਲਾ ਆ ਗਿਆ ਮੈਂ ਕਹੀਏ ਇਹ ਸਾਡਾ ਘਰ ਹੈ ਜਿੱਥੇ ਕਾਰ ਖਲੋਤੇ ਨੇ ਇਹ ਹੀ ਸਾਡਾ ਘਰ ਹੈ ਪੱਕੀ ਬਿਲਡਿੰਗ ਆਈ ਉਹ ਹੁਣ ਵੀ ਉਸੇ ਤਰ੍ਹਾਂ ਪੱਕੀ ਬਿਲਡਿੰਗ ਉਹਦੀ ਖਲੋਤੀ ਹੈ ਬੜੀ ਵੱਡੀ ਹਵੇਲੀ ਹੈ ਇੱਥੇ ਮੈਂ ਕਿਹਾ ਸਾਰੇ ਖੂਹ ਆਉਂਦਾ ਖੂਹ ਉਹਨਾਂ ਨੂੰ ਬੰਦ ਕਰ ਛੜੇ ਖੂਹ ਦੇ ਸਾਹਮਣੇ ਵਾਲਾ ਘਰ ਸਾਰਾ ਪੈਦਾਇਸ਼ੀ ਕਰ ਰਹੀ ਇੱਥੇ ਸਾਰੇ ਫਲਾਣੇ ਚਾਚੇ ਦਾ ਅੰਦਰ ਫਲਾਣੇ ਚਾਚੇ ਦਾ ਇਹ ਸਾਰਾ ਉੱਥੇ ਜੇ ਰਹਿੰਦੇ ਹਨ ਉਹ ਖਾਜਾ ਸਾਹਿਬ ਹਨ ਉਹਨਾਂ ਦੇ ਵੱਡਾ ਭਰਾ ਬੈਠੇ ਅਗਰ ਤੂੰ ਕੌਣ ਹੁੰਦਾ ਉਹ ਇਸ ਤਰ੍ਹਾਂ ਜ਼ਬਾਨ ਜਾਗਦੇ ਨਾ ਤੂੰ ਕਿਸ ਦਾ ਲੜਕਾ ਹੈ ਕਿਹੜੇ ਮੈਂ ਕਿ ਮੈਂ ਲਾਲਾ ਸਮਝਦਾ ਤਾਂ ਲੜਕਾ ਉਹ ਇੱਕਦਮ ਨੂੰ ਯਾਦ ਆ ਕੇ ਆਪ ਵੱਡੇ ਆਪ ਗੱਲਾਂ ਕਰਨ ਦੇ ਰਹਿੰਦੇ ਬਈ ਇਸ ਤਰ੍ਹਾਂ ਹਿੰਦੂ ਰਹਿੰਦੇ ਹਨ ਸਮਝਦਾ ਤਾਂ ਜਿਹੜੇ ਸਾਰੇ ਬਹੁਤ ਜੀ ਦੇ ਜਮਾਤੀ ਗਾਰਡ ਦੇ ਲੜਕੇ ਹਨ ਉਹ ਗੁਲਾਮ ਕਾਜ਼ੇ ਗਾਰਡ ਲੜਕੇ ਹਨ ਅਤੇ ਫਿਰ ਬੜਾ ਪਿਆਰ ਸੀ
ਤਨਾ ਹੀ ਤੂੰ ਬਸ ਸਾਰਾ ਪਿਆਰ ਵੱਧਦਾ ਗਿਆ ਫਿਰ 92 ਵਿੱਚ ਗਿਆ 94 ਵਿੱਚ ਗਿਆ 96 ਵਿੱਚ ਗਿਆ 99 ਵਿੱਚ ਗਿਆ 2000 ਵਿੱਚ ਗਿਆ 2002 ਵਿੱਚ ਗਿਆ 4 ਵਿੱਚ ਗਿਆ 4 ਤੋਂ ਬਾਅਦ ਫਿਰ 5 ਤੋਂ ਉਹ ਵੀ ਆਏ ਉਹ ਲੋਕ ਆਏ ਇੰਨੇ ਸਾਲ 'ਚ ਉਹ ਲੋਕ ਵੀ ਆਉਂਦੇ ਰਹਿੰਦੇ ਹਨ ਫਿਰ 8 ਨੂੰ ਗਿਆ 2008 2010 11 13 ਇਸ ਵਕਤ ਤੱਕ ਮੈਂ 18 ਵਾਰੀ ਬਣ ਚੁੱਕਾ ਹਾਏ ਹਾਏ 18 ਫਿਰ ਹੀ ਦਿਲ ਭਰਦਾ ਨਹੀਂ ਹੈ ਫਿਰ ਮੈਂ ਪਹਿਲੇ ਵਾਰੀ ਤਾਂ ਸਿਰਫ 2 ਸ਼ਹਿਰਾਂ ਦਾ ਵੀਜ਼ਾ ਲੱਗ ਗਿਆ ਲਾਹੌਰ ਮਿਆਂਵਾਲੀ ਉਸ ਤੋਂ ਬਾਅਦ ਫਿਰ ਇਸਲਾਮਾਬਾਦ ਦਾ ਵੀਜ਼ਾ ਨਾਲ ਲੱਗ ਗਿਆ ਅਗਲੇ ਚੱਕ 'ਤੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਵਾਕਫੀਅਤ ਵਧੀ ਗਈ ਮਿਆਂਵਾਲੀ ਕੋਈ ਕਿੱਥੇ ਰਹਿੰਦੇ ਕੋਈ ਕਿੱਥੇ ਰਹਿੰਦੇ ਫਿਰ ਮੁਲਤਾਨ ਦਾ ਵੀਜ਼ਾ ਲੱਗ ਗਿਆ ਫਿਰ ਮੁਲਤਾਨ ਤੋਂ ਬਾਅਦ ਫਿਰ ਅਗਲੇ ਚੱਕ 'ਤੇ ਮੈਂ ਡੇਰਾ ਇਸਮਾਇਲ ਖਾਨ ਅਤੇ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਾਚੀ ਕੋਇਟਾ ਸਿੰਧ ਦੇ ਖੰਡਕੋਟ ਸੱਖਰ ਸਭ ਸ਼ਹਿਰ ਦੇ ਮੇਰੇ ਵੀਜ਼ੇ ਲੱਗੇ ਸਭ ਸ਼ਹਿਰ ਕੋਈ ਸ਼ਹਿਰ ਪਿਸ਼ਾਵਰ ਤੋਂ ਗਿਣ ਕੇ ਅਤੇ ਪਿਸ਼ਾਵਰ ਦੇ ਵੀਜ਼ੇ ਲੱਗ ਪਿਸ਼ਾਵਰ ਸਾ ਗਿਆ ਵੀ ਹਾਂ ਅੱਛਾ ਪਿਸ਼ਾਵਰ ਤੋਂ ਕਰਾਚੀ ਤੱਕ ਮੇਰਾ ਪੂਰਾ ਵੀਜ਼ਾ ਲੱਗ ਜਾ ਮੈਂ ਸਾਰਾ ਪਾਕਿਸਤਾਨ ਕਵਰ ਕੀਤਾ ਮਰੀ ਤੱਕ ਹੀ ਗਿਆ ਬਹੁਕਿਸਮਤ 18 ਵਾਰੀ ਹੁਣ ਤੱਕ ਵੱਧ ਚੁੱਕਾ ਅੱਛਾ ਫਿਰ ਇਹ ਰਿਕਾਰਡ ਹੈ ਕੋਈ ਪਾਕਿਸਤਾਨ 'ਚ ਹਿੰਦੂ ਆ ਕਰਕੇ ਇੱਥੇ ਵਾਪਸ ਦੇਖਣ ਗਏ ਆਪਣੇ ਘਰ ਕੋਈ ਨਹੀਂ ਰਿਹਾ ਅਸਾਂ ਆਪਣੇ ਘਰ ਸਮਝ ਰਹੇ ਅੱਛਾ ਹੁਣ ਤੱਕ ਹੀ ਸਭ ਜਦੇ ਵੀ ਜਾਂ ਆਪਣੇ ਘਰ ਰਹਿੰਦੇ ਬਿਸਤਰੇ ਸਾਰੇ ਵਕਤ ਉਹਨੇ ਰੱਖੇ ਹਨ ਬਾਥਰੂਮ ਹਟਾਇਆ ਨਵਾਂ ਕਮਰਾ ਸਾਰੇ ਵਾਸਤੇ ਬਣਾਇਆ ਉਹ ਸਾਰੀ ਬਿਲਡਿੰਗ ਜਿੱਥੇ ਸਾਰੀ ਹੋਈ ਬਾਥਰੂਮ ਹਟਾਇਆ ਡਰਾਇੰਗ ਰੂਮ ਪੂਰਾ ਫਸਟ ਦਾ ਵੱਡਾ ਕਮਰਾ ਡਬਲ ਬੈਡ ਬਿਸਤਰੇ ਸਿਰ ਤੌਲੀ ਸ਼ੌਲੀ ਜਿੱਥੇ ਮੈਂ ਉਹ ਸਾਰੇ ਨਵੇਂ ਉਹ ਬਿਸਤਰ ਕੱਢਦਾ ਇਹਨਾਂ ਕਿਤਨੀ ਵਾਰੀ ਗਿਆ ਮੇਰਾ ਮੇਰਾ ਲੜਕਾ ਵੀ ਗਿਆ ਮੇਰੀ ਲੜਕੀ ਵੀ ਗਈ ਹੈ ਤੁਹਾਡੀ ਚਾਚੀ ਇਹ 10 ਵਾਰੀ ਇਹ ਵੀ ਗਈ ਹੈ ਅੱਛਾ 10 ਵਾਰੀ ਅਤੇ 10 ਵਾਰੀ ਉਸ ਤੋਂ ਬਾਅਦ ਫਿਰ ਉੱਥੋਂ ਸਾਰੇ ਸਾਲੇ ਵੀ ਗਏ ਸਾਰੇ ਭਰਾ ਵੀ ਗਏ ਮੈਂ ਸਾਰਿਆਂ ਨੂੰ ਦਿਖਾਇਆ ਅਤੇ ਸਾਰੀ ਭਰਜਾਈ ਨੂੰ ਵੀ ਇੱਕ ਵਾਰੀ ਗਿਣ ਗਿਆ ਕਮਾਲ ਹੈ ਕਈ ਲੋਕਾਂ ਨੂੰ ਖੜਿਆ ਮੈਂ ਮੈਂ ਤਾਂ ਉਹ ਕਹਿੰਦਾ ਕਿ ਲੋਕ ਇੱਕ ਵਾਰੀ ਵੰਨਣ ਕੋ ਤਰਸਦੇ ਨੇ ਅਤੇ ਇੱਥਾਂ 18 ਵਾਰੀ 18 ਵਾਰੀ ਹਾਲੇ ਦਿੱਲੀ ਨਹੀਂ ਭਰਦਾ ਹੁਣ 18 ਅਗਸਤ ਨੂੰ ਮੈਂ ਗਿਆ 17 ਨੂੰ ਗਿਆ 18 ਇਮਰਾਨ ਖਾਨ ਦਾ ਹਲਫ ਆਈ ਬਾਕੀ ਮੈਂ 4 ਸਤੰਬਰ ਨੂੰ ਵਾਪਸ ਮੁਲਤਾਨ ਗਿਆ ਔਕਾੜੇ ਗਿਆ ਔਕਾੜੇ ਤੋਂ ਬਾਅਦ ਫਿਰ ਮਿਆਂਵਾਲੀ ਗਏ ਇਸਲਾਮਾਬਾਦ ਗਏ ਲਾਹੌਰ ਆਏ ਫਿਰ ਵਾਪਸ ਹੁਣ ਫਿਰ ਦਿਲ ਕਰਦਾ ਫਿਰ ਵਜਾ ਫਿਰ ਵਜਾ ਉੱਥੇ ਇਤਨਾ ਪਿਆਰ ਮਿਲਦਾ ਇਤਨਾ ਇੱਜ਼ਤ ਉੱਥੇ ਕੋਈ ਹੱਦ ਸਿਰ ਤੇ ਜਾਂਦੇ ਸਨ ਇਹੀ ਕਰਕੇ ਤਾਂ ਦਿਲ ਕਰਿੰਦਾ ਕਿ ਇੱਕ ਵਾਰੀ ਫਿਰ ਬੰਨਾ ਇੱਕ ਵਾਰੀ ਉੱਥੇ ਸਾਨੂੰ ਹਰ ਕੋਈ ਚਾਚਾ ਸਰਿੰਦਰ ਲਾਲਾ ਸਰਿੰਦਰ ਲਾਲਾ ਜੀ ਸਰਿੰਦਰ ਚਾਚਾ ਲਾਲਾ ਜੀ ਚਾਚਾ ਜਿਹੜੇ ਸ਼ਹਿਰ ਹਨ ਫਿਰ ਉੱਥੋਂ ਦੇ ਲੋਕ ਜਿਹੜੇ ਉਹ ਰਸਤੇ ਆਵੇ ਤਾਂ ਇੱਥੇ ਹਰ ਕਹਿੰਦੇ ਮੈਂ ਦੇਖਭਾਲ ਕਰਨਾ ਫਿਰ ਅੱਜ ਕੱਲ੍ਹ ਬਿਮਾਰ ਬੜੇ ਆਉਂਦੇ ਨੇ 2002 ਤੋਂ ਇਹ ਬਿਮਾਰੀ ਦਾ ਸਿਲਸਿਲਾ ਸ਼ੁਰੂ ਸੀ ਗਿਆ ਜਿਹੜੇ ਮਰੀਜ਼ ਅੱਗੇ ਰਸਤੇ ਕੋਈ ਬਿਮਾਰ ਦੇ ਅੰਨ ਆਉਂਦੇ ਨਾ ਕਿ 2002 ਤੋਂ ਫਿਰ ਇਹ ਬਿਮਾਰਾਂ ਵਿੱਚ ਅਲਾਊਟ ਦੀ ਗਈ ਇਲਾਜ ਕਰਨ ਵਾਸਤੇ ਉਸ ਤੋਂ ਬਾਅਦ ਕਈ ਲੋਕ ਆਉਣ ਲੱਗ ਗਏ ਸਭ ਤੋਂ ਪਹਿਲਾਂ ਪੇਸ਼ੈਂਟ ਆਇਆ ਉਸ ਵੇਲੇ ਰੋਡ ਵੀ ਜੇ ਪਾਰਲੀਮੈਂਟ ਹਮਲਾ 'ਤੇ ਆਈ ਨਾ ਉਸ ਰੋਡ ਹੀ ਬੰਦ ਆਈ ਰੇਲ ਹੀ ਬੰਦ ਆਈ ਜਹਾਜ਼ ਹੀ ਬੰਦ ਆਇਆ ਫਿਰ ਇੱਕ ਨੂੰ ਵੀਜ਼ਾ ਮਿਲ ਗਿਆ ਬੰਗਲੌਰ ਵਾਸਤੇ ਉਹ ਮਿਆਂਵਾਲੀ 'ਚੋਂ ਲਾਹੌਰ ਆਇਆ ਲਾਹੌਰ 'ਚ ਕਰਾਚੀ ਗਿਆ ਕਰਾਚੀ 'ਚ ਦੁਬਈ ਆਇਆ ਦੁਬਈ 'ਚ ਬੰਗਲੌਰ ਆਇਆ ਉਸ ਇਲਾਜ ਕਰਨ ਵਾਸਤੇ ਫਿਰ ਮੈਂ ਬੰਗਲੌਰ ਮਿਲਣ ਵਾਸਤੇ ਗਿਆ ਉਸ ਇਲਾਜ ਉੱਥੇ ਡਾਕਟਰ ਡੈਡ ਮੈਂ ਵੀ ਨਾਲ ਰਿਹਾ ਇਸ ਤਰ੍ਹਾਂ 2002 ਤੋਂ ਇਹ ਮਰੀਜ਼ ਆਉਣਾ ਸ਼ੁਰੂ ਹੋ ਗਏ ਫਿਰ ਜਿਹੜੇ ਵੀ ਆਉਂਦੇ ਠੀਕ ਹੋ ਕੇ ਗਿਆ ਤਾਂ ਕੋਈ ਕੋਈ ਦੁੱਖ ਸੁੱਖ ਦਾ ਹਾਲ ਪੁੱਛੜਾ ਉੱਥੇ ਕਰਾਚੀ ਵੇਂਦੇ ਹਾਂ ਤਾਂ ਸਰ ਉਸ DIG ਆਈ ਉਹ ਪਹਿਲੇ ਲਾਹੌਰ ਆਉਂਦਾ ਸੀ ਲਾਹੌਰ ਫਿਰ ਮੈਂ ਕਈ ਵਾਰੀ ਉਸਨੂੰ ਮਿਲੇ ਸਰ ਨਨਕਾਣਾ ਸਾਹਿਬ ਸਨ ਗਿਣਵਾਉਂਦਾ ਹੈ ਪੰਜਾ ਸਾਹਿਬ ਗਿਣਵਾਉਂਦਾ ਹੈ ਸਰ ਵੀਜ਼ੇ ਹੁੰਦੇ ਆ ਮੈਂ ਜਿੱਥੇ ਵੀ ਨਾ ਵੀਜ਼ੇ ਤੋਂ ਬਗੈਰ ਕਿਤਾ ਹੀ ਨਾ ਮਿਲਦਾ ਵੀਜ਼ਾ ਲਗਵਾ ਕੇ ਨਹੀਂ ਉਹ ਤਾਂ ਜ਼ਰੂਰੀ ਹੈ ਬਗੈਰ ਵੀਜ਼ੇ ਤੋਂ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲੀਏ ਕਾਨੂੰਨ ਦੇ ਬੜੇ ਪਾਲਣ ਕਰਦੇ ਤੇ ਫਿਰ ਸਾ ਕੋਈ ਦਿੱਕਤ ਵੀ ਨਹੀਂ ਥੈਂਦੀ ਤੇ ਨਾ ਹੀ ਉਹਨਾਂ ਕੋ ਕੋਈ ਉਂਗਲੀ ਕਰਨ ਦਾ ਮੌਕਾ ਮਿਲਦਾ ਹੈ ਬੇਫਿਕਰ ਹੋ ਕੇ ਬੇਫਿਕਰ ਹੋ ਕੇ ਜਿੱਥਾ ਮਰਜ਼ੀ ਘੁੰਮੋ ਫਿਰ ਵੱਡੇ ਵੱਡੇ ਲੋਕ ਸਰ ਮੀਆਂ ਦੇ ਕਈ ਮਿਨਿਸਟਰ ਡਾਕਟਰ ਸ਼ੇਰ ਅਫਗਨ ਮਿਨਿਸਟਰ ਡਿਫੈਂਸ ਮਿਨਿਸਟਰ ਹੈ ਪਾਰਲੀਮੈਂਟਰੀ ਮਿਨਿਸਟਰ ਮਿਨਿਸਟਰ ਹੈ ਉਹਦੇ ਘਰ ਸਰ ਰਾਵਣ ਵਣਾ ਉਹਦੇ ਲੜਕਾ ਜਿਹੜਾ ਅੱਜ ਕੱਲ੍ਹ ਐੱਮ ਐੱਨ ਏ ਪਾਰਲੀਮੈਂਟ ਦਾ ਮੈਂਬਰ ਉਹ ਦਿੱਲੀ ਗਰੁੱਪ ਨਾਲ ਆਇਆ ਔਰ ਉਸਨੇ ਉਸ ਵੇਲੇ ਪੜ੍ਹਦਾ ਹੀ ਅਤੇ ਕਈ ਲੋਕ ਮਤਲਬ ਜਿਤਨੇ ਕਮ ਸੇ ਕਮ ਸਾਰੇ ਇਹ 92 ਤੋਂ ਗਿਣ ਕੇ ਅਤੇ ਹੁਣ ਤੱਕ ਜਿਹੜੇ ਮੇਰੀ ਵਾਕਫੀਅਤ ਹੀ ਹੈ ਸਮਝੋ 27 ਸਾਲ ਹੋ ਗਏ 27 ਸਾਲ ਤੋਂ ਕਿਧਰੇ ਕਈ 50,000 1,500 ਆਦਮੀ ਆ ਕਰਕੇ ਅਤੇ ਉਹ ਕਹਿ ਨਹੀਂ ਆਇਆ ਕਮੀਜ਼ ਤੇੜੀ ਉਹ 3 ਵਾਰੀ ਆ ਚੁੱਕਾ ਉਹ ਸਾਰੇ ਘਰ ਅਤੋਲਾ ਸਾਰੇ ਘਰ ਰਹੇ ਹੈ ਅੱਛਾ ਇੱਕ ਵਾਰੀ ਆਇਆ 1998 'ਚ ਵਿਦ ਫੈਮਿਲੀ ਆਇਆ ਬਾਲ ਬੱਚੇ ਨਾਲ 8 ਡੈਡ ਰਹੇ ਜਮਨਾ ਵਿਹਾਰ ਅਸਰ ਆਉਂਦੇ ਸੀ ਉਸ ਤੋਂ ਬਾਅਦ ਆਇਆ 2005 'ਚ ਅਸਾਂ ਤਾਂ ਵੀ ਜਮਨਾ ਵਿਹਾਰ ਆਈ ਸਾਡੇ ਭਤੀਜੇ ਦੀ ਸ਼ਾਦੀ ਆਈ
ਤੇ ਉਸ ਕਰਾਚੀ ਤੋਂ ਮਹਿਮਾਨ ਆਇਆ, ਮੀਆਂਵਾਲੀ ਤੋਂ ਤਰ੍ਹਾਂ ਚਾਰ ਆਇਆ, ਇਹ ਲਾਹੌਰ ਆਉਂਦਾ ਹੈ ਅਤਾਲਾ ਖਾਨ ਅਤੇ ਹੋਰ 8-10 ਆਦਮੀ ਆਏ ਸ਼ਾਦੀ 'ਤੇ। ਅਸੀਂ ਉਹਨਾਂ ਦੀ ਸ਼ਾਦੀ ਅਟੈਂਡ ਕਰਦੇ ਹਾਂ ਸਾਰੇ, ਫਿਰ ਸ਼ਾਦੀ 'ਚੋਂ ਕਾਰਡ 'ਤੇ ਸਾਡਾ ਨਾਂ ਹੀ ਲਿਆਉਣ ਲੱਗ ਪਏ, ਆਰ ਐੱਸ ਵੀ ਪੀ ਲਾਲਾ ਰੋਸ਼ਨ ਲਾਲ ਚੈੱਕ ਕਰ ਦਿੱਲੀ। ਵਾਹ। ਅਸੀਂ ਵੀ ਉਹਨਾਂ ਨੂੰ ਸ਼ਾਦੀ 'ਚ ਆਪਣੇ ਨਤੀਜੇ ਦੀ ਸ਼ਾਦੀ ਦੀ ਉਹਨਾਂ ਦਾ ਕਾਰਡ ਦਿੱਤਾ, ਨਾਂ ਦਿੱਤਾ, ਫਿਰ ਲੜਕੇ ਲੜਕੀ ਦੀ ਸ਼ਾਦੀ, ਲੜਕੇ ਦੀ ਸ਼ਾਦੀ 'ਤੇ ਉਹਨਾਂ ਨੂੰ ਬੁਲਾਇਆ। ਮਤਲਬ ਕਈ ਸ਼ਾਦੀਆਂ 'ਤੇ ਆਏ ਗਏ, ਮੇਰੀ ਦੋਹਤਰੀ ਦੀ ਸ਼ਾਦੀ 'ਤੇ ਆਏ, ਮੇਰੇ ਪੋਤਰੇ ਦੀ ਸ਼ਾਦੀ 'ਤੇ ਆਏ ਗਏ, ਉਹ ਸਿਲਸਿਲਾ ਮਤਲਬ ਜਾਰੀ ਰਿਹਾ। ਜਾਰੀ ਰਿਹਾ। ਵਾਹ। ਇਸ ਤਰ੍ਹਾਂ ਦਾ ਦੇਖੋ ਜਿਸ ਤਰ੍ਹਾਂ ਪਿਆਰ ਭਾਈਚਾਰਾ, ਜਿਉਂ ਸਕੇ ਭਰਾ ਇਸ ਤਰ੍ਹਾਂ, ਉਹ ਇਸ ਤਰ੍ਹਾਂ ਸਾਡੇ ਭਰਾ ਵਾ, ਬਿਲਕੁਲ ਇੱਕ ਬਹਿਣ ਉਹ ਵੀ ਸਮਝ ਜਾਂਦੇ, ਅਸੀਂ ਸਮਝ ਜਾਂਦੇ, ਉਹ ਸਾਨੂੰ ਸ਼ਾਦੀ ਸਾਡੇ ਅੰਦਰ ਇਸ ਤਰ੍ਹਾਂ ਭਰਾ ਹੈ, ਕਾਰਡ ਵਿੱਚ ਸਰ ਬਕਾਇਦਾ ਨਾਂ ਦਿੰਦੇ ਰੋਸ਼ਨ ਲਾਲ ਦਿੱਲੀ। ਤੁਹਾਡੇ ਚਾਹਵਣ ਵਾਲੇ ਕੁਛ ਬੰਦੇ ਹਨ ਪਏ ਜਿਹੜੇ ਮੇਰੇ ਨਾਲ ਵੀ ਜੁੜੇ ਹੋਏ ਨੇ, ਅਤੇ ਉਹਨਾਂ ਦੇ ਵਿੱਚੋਂ ਜਿਹੜਾ ਮੈਂ ਸਭ ਤੋਂ ਪਹਿਲੇ ਨਾਮ ਗਿਣਨਾ ਤਾਂ ਉਹ ਹੈ ਪਿਆ ਜ਼ਫਰ ਖਾਨ ਖਾਕਵਾਨੀ। ਖਾਕਵਾਨੀ ਉਸ ਨਾਲ ਸਾਡੀ ਕਿਸ ਤਰ੍ਹਾਂ ਵਾਕਫੀਅਤ ਆਈ, ਉਹ 2012-13 'ਚ ਇੱਥੇ ਇਲਾਜ ਕਰਾਉਣ ਆਇਆ, ਇਲਾਜ ਕਰਾ ਕੇ ਚਲਾ ਗਿਆ ਵਾਪਸ। ਉਸ ਤੋਂ ਬਾਅਦ ਇਹ ਮੈਕਸ ਹਸਪਤਾਲ ਫਿਰ ਉੱਥੇ ਨੋਇਡਾ ਆਇਆ, ਫਿਰ ਉਹ ਅਗਲੇ ਸਾਲ 13-'ਚ ਚੈੱਕਅਪ ਵਾਸਤੇ ਆਇਆ। ਉਹ ਸਾਲ 'ਚ 2-3 ਵਾਰੀ ਚੈੱਕਅਪ ਵਾਸਤੇ ਆਉਣਾ ਪਾਉਂਦੇ ਨੇ, ਉਹ ਚੈੱਕ ਕਰਾ ਕੇ ਵਾਪਸ ਜਾ ਰਹੇ, ਅਤੇ ਮੈਂ ਹੀ ਜਾ ਰਿਹਾ ਪਾਕਿਸਤਾਨ, ਬੱਸ ਜਾ ਰਿਹਾ ਸੀ, ਉਹ ਨਾਲ ਬੈਠੇ ਇਕੱਠੇ ਗੱਲਾਂ ਕਰਦੇ ਰਹੇ, ਤੁਸੀਂ ਕਿੱਥੋਂ ਦੇ ਹੋ, ਕਿਸ ਤਰ੍ਹਾਂ ਗਏ, ਕਿਸ ਤਰ੍ਹਾਂ ਆਇਓ, ਮੈਂ ਇਲਾਜ ਕਰਨ ਵਾਸਤੇ ਗਿਆ ਜੀ, ਅਤੇ ਹੁਣ ਅਸੀਂ ਮੁਲਤਾਨ ਦੇ ਰਹਿੰਦੇ ਹਾਂ, ਸਾਡੀ ਦੋਸਤੀ ਜਾਰੀ ਹੋ ਗਈ। ਹੁਣ 13 ਤੋਂ ਗਿਣ ਕੇ ਅੱਜ ਹੋ ਗਏ 19-6 ਸਾਲ ਦੀ ਸਾਡੀ ਬੜੀ ਅੱਛੀ ਦੋਸਤੀ, ਬੜੇ ਉਹ ਕਿਤਨੀ ਵਾਰੀ ਆਇਆ ਇਹ ਚੈੱਕਅਪ ਵਾਸਤੇ, ਕਿਉਂਕਿ ਜਨਾਬ ਸਿਰਫ ਜ਼ਫਰ ਸਾਹਿਬ ਦੀ ਵਜ੍ਹਾ ਨਾਲ ਹੀ ਮੈਂ ਅੱਜ ਇੱਥੇ ਬੈਠਾ। ਜਾਂ ਇੱਕ ਉਹਨਾਂ ਦਾ ਧੱਕਾ ਰਹਿੰਦਾ, ਪ੍ਰੈਸ਼ਰ, ਉਹ ਬੜਾ ਪੁਸ਼ ਕਰਦੇ ਨੇ ਕਿ ਕੇਸ਼ਵ ਯਾਰ ਜਾ, ਲਾਲਾ ਜੀ ਕੋ ਮਿਲ ਕੇ ਆ, ਬਹੁਤ ਸਾਰੇ ਲੋਕਾਂ ਦੇ ਤੂੰ ਘਰ ਬੈਠਾ ਹੈ, ਉਹਨਾਂ ਕੋ ਵੀ ਅਸਾਂ ਸੁਣਨਾ ਹੈ, ਤਾਂ ਮੈਂ ਹੀ ਕਰਕੇ ਇੱਥੇ ਜ਼ਿਆਦਾ ਆਇਆ। ਇੱਕ ਵਾਰੀ ਉਸਦੀ ਫੈਮਿਲੀ ਨਾਲ ਆਏ, ਉਸਦੀ ਮਿਸਿਜ਼ ਵੀ ਆਈ, ਉਸਦੀ ਲੜਕੀ ਆਈ, ਠਹਿਰਿਆ ਅਸਾਂ ਯਾਰ, ਫਿਰ ਇੱਕ ਵਾਰੀ ਉੱਥੇ ਉਸਦਾ ਬੜਿਆ ਨਾਲ ਆਇਆ, ਉਹ ਤਾਂ ਨੋਇਡਾ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲਦਾ ਨਾ, ਉੱਥਾਂ ਹੀ ਚੈੱਕਅਪ ਵਾਸਤੇ ਆਉਂਦੇ ਨੇ। ਫਿਰ ਉਹਨਾਂ ਦੇ ਹੋਰ ਵਾਕਫਕਾਰ ਹਨ, ਸਾਹੂ ਵਕੀਲ ਸਾਹਿਬ, ਉਹ ਆਏ, ਫਿਰ ਹੁਣ ਜਿਸ ਤਰ੍ਹਾਂ ਕੋਈ ਨਾ ਕੋਈ ਜ਼ਰੀਆ ਬਾਤ ਬਣਦਾ ਰਹਿੰਦਾ। ਹੁਣ ਸਰ ਪਿਛਲੇ ਸਾਲ ਉਹ ਆ ਗਏ ਔਕਾੜਾ ਸਰ ਪੀਰ ਸਾਹਿਬ ਪਾਕਪਟਨ ਵਾਲੇ, ਉਹਨਾਂ ਦੇ ਰਿਸ਼ਤੇਦਾਰ ਆਏ, ਉਸ ਤੋਂ ਪਹਿਲੇ ਉਹ ਸਰ ਗੱਡਾ ਡੇਢ ਰਹਿ ਗਏ, ਪੀਰ ਸਾਹਿਬ ਜੀ ਕੋਈ ਕਹਿੰਦੇ ਗਾ ਨਹੀਂ ਰਹਿੰਦੇ, ਸਰ ਗੱਡਾ ਡੇਢ ਰਹਿ ਕੇ ਗਏ। ਅਸੀਂ ਸ਼ਾਦੀ 'ਤੇ ਸਦਾਈ ਪੋਤਰ ਦੀ ਸ਼ਾਦੀ, ਥੋੜ੍ਹਾ ਲੇਟ ਹੋ ਗਿਆ ਲੇਕਿਨ ਪਿੱਛੇ ਆਏ, ਉਹ ਆਏ ਉਹਨਾਂ ਦੇ ਰਿਸ਼ਤੇਦਾਰ। ਉਸ ਤਰ੍ਹਾਂ ਕਈ ਲੋਕਾਂ ਦਾ ਮੈਂ ਇਲਾਜ ਇੱਥੇ ਕਰਾਉਣ ਵਾਸਤੇ ਬੜੀ ਹੈਲਪ ਕੀਤੀ ਹੈ, ਅਸੀਂ ਘਮਾਨ ਨਹੀਂ ਕਰਨਾ ਚਾਹੀਦਾ। ਤੁਹਾਡੇ ਉੱਤੇ ਉਹਨਾਂ ਬਹੁਤ ਪਿਆਰ ਕਰਦੇ ਨੇ ਸਾਰੇ, ਤੋਂ ਕੋਈ ਸ਼ਹਿਰ ਨਹੀਂ ਖਾਲੀ ਜਿੱਥੇ ਕੋਈ ਨਾ ਕੋਈ ਮਰੀਜ਼ ਨਹੀਂ ਆਉਂਦਾ। ਜਿਹੜੇ ਉਸ ਨੂੰ ਆਖਦੇ ਵੀ ਤੁਹਾਡਾ ਕੋਈ ਦਿੱਲੀ ਵਾਕਫਕਾਰ ਹੈ ਤਾਂ ਸਾਨੂੰ ਹੈਲਪ ਵਾਸਤੇ ਕਿਸੇ ਨੂੰ ਜ਼ਰੂਰਤ ਪਵੇ, ਹਾਂਜੀ ਉਹ ਲਾਲਾ ਰੋਸ਼ਨ ਨਾਲ ਇਹ ਨੰਬਰ ਟੈਲ ਲਓ, ਤੁਹਾਡੀ ਪੂਰੀ ਦੇਖਭਾਲ ਹੈਲਪ ਕਰੇ ਸਰ, ਉਹ ਦੱਸ ਦਿੰਦੇ ਨੇ ਸਰ ਦੇਖਭਾਲ ਕਰਦੇ ਆ। ਇੱਕ ਹੋਰ ਸ਼ਖਸ ਹੈ ਜਿਹਦਾ ਮੈਂ ਜ਼ਿਕਰ ਕਰੇ ਸਾਂ, ਨਈਮ। ਹਾਂ ਨਈਮ, ਉਹ ਤਾਂ ਸਰ ਮੀਆਂਵਾਲੀ ਜ਼ਿਲ੍ਹੇ ਦੇ ਨੇ, ਵਾਂ ਭਜਰਾਂ ਦਾ। ਅੱਛਾ। ਮੀਆਂਵਾਲੀ ਸ਼ਹਿਰ ਸ਼ਹਿਰ ਨਾ ਵਾਂ ਭਜਰਾਂ, ਉਹ ਕਰਾਚੀ ਕਸਟਮ ਵਿੱਚ ਕੰਮ ਕਰਦਾ, ਕਲੀਨਿੰਗ ਏਜੰਟ, ਪਹਿਲੇ ਰੇਲਵੇ 'ਚ ਆਈ ਅਫਸਰ, ਅੱਛਾ, ਉਹ ਰਿਟਾਇਰ ਹੋ ਗਿਆ। ਉਹਦੀ ਬੀਵੀ ਜਿਹੜੀ ਹੈ ਨਾ ਇੱਥੋਂ ਦੀ ਹੈ, ਉਹਦੇ ਉਹਨਾਂ ਖਾਸ ਖਾਨਦਾਨ ਸਾਰੇ ਬੀਵੀ ਦੇ ਬਿਜਨੌਰ ਦੇ ਨੇ। ਅੱਛਾ। ਬਿਜਨੌਰ ਦੇ ਨੇ, ਉਹ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਪਹਿਲੇ ਹੀ ਉੱਥੇ ਰਹਿੰਦੇ ਨੇ, ਕਿਸੇ ਸਸੁਰਾਲ ਵਾਲਾ ਸਾਰੇ ਮੀਆਂਵਾਲੀ ਰਹਿੰਦੇ ਹਨ, ਠੇਕੇਦਾਰੀ ਕਰਦੇ ਹਨ। ਅਤੇ ਇਹ ਫਿਰ ਸਹੁਦੀ ਪੈਦਾਇਸ਼ ਹੈ, ਜਿਹੜੀ ਨੀਮ ਦੀ ਸੱਸ ਦੀ ਜਿਹੜੀ ਵੱਡੀ ਭੈਣ ਹੈ ਉਹਦੀ ਚਾਚੀ ਵੀ ਲੱਗਦੀ ਹੈ। ਅੱਛਾ। ਤਾਂ ਸਾਰੇ ਤਾਲੇ ਬਾਣੇ ਸੰਤ ਹਰ ਕਿਸੇ ਨੂੰ ਸਿਆਣਦੇ ਹਨ। ਚਾਰ 2 ਮਿੰਟ ਰੁਕੋ, ਬਸ ਖਤਮ ਥੀ ਬਣਾ ਲੈ, ਕੋਈ ਨਹੀਂ। ਨੀਮ ਬਹੁਤ ਅੱਛਾ ਆਦਮੀ, ਕਰਾਚੀ ਵੈਸੇ 2 ਵਾਰੀ ਕਰਾਚੀ ਗਿਆ ਉਹਨਾਂ ਕੋਲ, ਤਾਂ ਚਾਚੀ ਵੀ ਗਈ ਹੈ, ਸਾਡੀ ਭਰਜਾਈ ਵੀ ਨਾਲ ਗਈ ਹੈ। ਵਾਹ। ਕਰਦੇ ਪਿਛਲੇ ਵਾਰੀ ਜਿਹੜੇ ਤੁਸੀਂ ਗਏ ਹੋ ਤਾਂ ਉੱਥਾਂ ਜਾ ਕੇ ਤੁਸੀਂ ਬਹੁਤ ਮਸਤੀਆਂ ਕੀਤੀਆਂ, ਬਹੁਤ ਸਾਰੀ, ਮੈਂ ਤਾਂ ਫਾਰਮ ਹਾਊਸ 'ਚ ਗਏ, ਨਹਾਤੇ ਧੋਤੇ ਆ, ਆਮ ਆਦਮੀ ਪਾਰਟੀ ਕਰਦੇ ਰਹੇ ਆ, ਖੇਤਾਂ 'ਚ ਘਰ ਖੂਬ ਨਹਾਤੇ ਧੋਤੇ ਆ। ਮੈਂ ਤੁਹਾਡਾ ਉਹ ਵੀਡੀਓ ਡਿੱਠਾ ਜਿਹੜਾ ਮੋਬਾਈਲ 'ਤੇ ਉਹਨਾਂ ਨੇ ਬਣਾ ਕੇ ਮੇਰੇ ਕੋਲ ਗੱਲਾਂ ਆਈ, ਜਿਹਦੇ ਵਿੱਚ ਤੁਸੀਂ ਨਹਾਉਂਦੇ ਪਿਓ ਅਤੇ ਹਰ ਹਰ ਗੰਗੇ ਹਰ 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 ਮਹਾਦੇਵ ਜੈ ਸ਼੍ਰੀ ਰਾਮ, ਸਾਰੇ ਮੁਸਲਮਾਨ ਜਿਤਨੇ ਸਾਰੇ ਦੋਸਤ ਸਭ ਨੇ ਆ ਕੇ ਜੈ ਭਾਰਤ ਮਾਤਾ ਕੀ ਜੈ, ਹਰ ਹਰ ਗੰਗੇ ਗੰਗਾ ਮੀਆ ਕੀ ਜੈ, ਜੈ ਸ਼੍ਰੀ ਰਾਮ, ਸਭ ਨੇ ਨਾਰੇ ਲਗਾਏ, ਸਭ ਨੇ ਨਾਰੇ ਲਗਾਏ, ਕੁਛ ਨੇ ਇਤਰਾਜ਼ ਨਾ ਕੀਤਾ ਕੋਈ। ਹਾਲਾਂਕਿ ਇੱਥੇ ਅਗਰ ਇੱਥੋਂ ਤਾਂ ਕੋਈ ਸੁਣਾ ਕਰੂਗਾ, ਇੱਥੋਂ ਤਾਂ ਪਾਰਲੀਮੈਂਟ ਦੇ ਮੈਂਬਰ ਨਹੀਂ ਗਾਉਂਦੇ ਹਰ ਹਰ ਗੰਗੇ, ਹਰ ਹਰ ਗੰਗੇ, ਇੱਥੋਂ ਦੇ ਮੁਸਲਮਾਨ MP ਉਹ ਨਹੀਂ ਗਾਉਂਦੇ, ਉਹਦੇ ਨਾਲ ਸਾਡੇ ਵਾਸਤੇ ਜਾਇਜ਼ ਨਹੀਂ ਹੈ।
ਉੱਥੇ ਸਾਰੇ ਲੋਕ ਮਿਲ ਜੁਲ ਕੇ ਜਨਾਬ ਇਹਨਾਂ ਦੀ ਹੀ ਮਿੱਟੀ ਹੈ ਇਹਨਾਂ ਦੀ ਹੀ ਧਰਤੀ ਹੈ ਇਹਨਾਂ ਆਪਣੀ ਧਰਤੀ ਤੇ ਜਾ ਕੇ ਇੱਕ ਵਾਰੀ ਫਿਰ ਹਰ ਹਰ ਗੰਗੇ ਤੇ ਭਾਰਤ ਮਾਤਾ ਦੀ ਜੈ ਤੇ ਜੈ ਸ਼੍ਰੀ ਰਾਮ ਦੇ ਨਾਰੇ ਲਾ ਆਏ ਭਲੇ ਉਹ ਹੁਣ ਪਾਕਿਸਤਾਨ ਬਣ ਚੁੱਕਾ ਹੈ ਲੇਕਿਨ ਪਹਿਲੇ ਇਹਨਾਂ ਦੀ ਮਿੱਟੀ ਆਈ ਇਹਨਾਂ ਦੀ ਧਰਤੀ ਆਈ ਤੇ ਇਸ ਤਰ੍ਹਾਂ ਦੇ ਬੜੇ ਅੱਛੀ ਲੋਕਾਂ ਦੇ ਕੋਈ ਨਫ਼ਰਤ ਕੋਈ ਨਹੀਂ ਲੋਕਾਂ ਦੇ ਕਾਰੋਬਾਰ ਵਧਿਆ ਦੁੱਖ ਸੁੱਖ ਤੇ ਦੇਖੋ ਬਿਮਾਰ ਆਦਿ ਹੁੰਦੇ ਤਾਂ ਇੱਥੋਂ ਲੋਕ ਕੋਸ਼ਿਸ਼ ਕਰ ਅਮਰੀਕਾ ਵਜਾਂ ਚੀਨ ਵਜਾਂ ਰੂਸ ਵਜਾਂ ਕਿੱਦਾਂ ਖਰਚਾ ਕਰਾਂ ਇਹ ਹਿੰਦੁਸਤਾਨ ਕਿੱਦਾਂ ਨੇੜੇ ਇੱਕ ਘੰਟੇ ਦੇ ਰਸਤੇ ਆਦਿ ਪਹੁੰਚ ਜਾਂਦੇ ਅਤੇ ਅਗਰ ਆਪਸ 'ਚ ਤਲਬਾਤ ਅੱਛੇ ਬਣਨ ਤਾਂ ਕਿੱਦਾਂ ਕਾਰੋਬਾਰ ਵੱਧ ਸਕਦਾ ਇੱਕ ਜ਼ਬਾਨ ਹੈ ਇੱਕ ਕਲਚਰ ਹੈ ਇੱਕ ਲਿਬਾਸ ਹੈ ਇੱਕ ਰੋਟੀ ਖਾਣਾ ਪੀਣਾ ਅਤੇ ਕਿੱਦਾਂ ਪਿਆਰ ਖੁਸ਼ੀ ਆਉਂਦੀ ਆਪਣੀ ਜ਼ਬਾਨ ਦੀ ਗੱਲ ਕਰਕੇ ਅੰਗਰੇਜ਼ ਹੁਣ ਉਹਨਾਂ ਨਾਲ ਹੋਰ ਮੁਲਕਾਂ ਨਾਲ ਦੋਸਤੀ ਕਰਦੇ ਅਤੇ ਅੰਦਰੂਨੀ ਤਾਂ ਖੁਸ਼ੀ ਨਹੀਂ ਆਉਂਦੀ ਨਾ ਨਹੀਂ ਆਉਂਦੀ ਹੁਣ ਚੀਨ ਨਾਲ ਉਹਨਾਂ ਦੀ ਦੋਸਤੀ ਅਮਰੀਕਾ ਨਾਲ ਦੋਸਤੀ ਜੋ ਅੰਦਰੂਨੀ ਦੋਸਤੀ ਸਾਡੇ ਵੀ ਹੈ ਆਪਣੇ ਹਿੰਦੁਸਤਾਨ ਨਾਲ ਉਹਨਾਂ ਦਾ ਦਿਲ ਕਰਦੇ ਜੇ ਸਾਰਾ ਦਿਲ ਕਰਦੇ ਉਹ ਤਾਂ ਬੈਰੂਨੀ ਦੋਸਤੀ ਸਾਡੀ ਨਾਲ ਅੰਦਰੂਨੀ ਦੋਸਤੀ ਬਿਲਕੁਲ ਅੰਦਰੂਨੀ ਦੋਸਤੀ ਸਾਡੀ ਲੋਕਾਂ ਦੀ ਇਤਨੇ ਪਿਆਰ ਕਰਦੇ ਨੇ ਲੇਕਿਨ ਸਿਆਸਤ ਕੁਰਸੀਆਂ ਵਾਸਤੇ ਇੱਕ ਵਾਰੀ ਨਾਲ ਲੜਾਈ ਕਰਾਉਂਦੇ ਨੇ ਸਿਆਸਤਦਾਨ ਜਿਹੜੇ ਹਨ ਤੁਹਾਡੇ ਉੱਥੇ ਜਿਤਨੇ ਵੀ ਚਾਵਨ ਵਾਲੇ ਪਿਆਰ ਕਰਨ ਵਾਲੇ ਤੁਹਾਨੂੰ ਫੋਨ ਕਰਨ ਵਾਲੇ ਬੰਦੇ ਬੈਠੇ ਉਹਨਾਂ ਕੋ ਇੱਕ ਸੰਦੇਸ਼ਾ ਦਿਓ ਅਤੇ ਤੁਸੀਂ ਦੱਸਾਓ ਕਿ ਤੁਸੀਂ ਹੁਣ ਕਦੋਂ ਆਉਂਦੇ ਪਏ ਹੋ ਮੈਂ ਸਾਰੇ ਆਪਣੇ ਪਾਕਿਸਤਾਨ ਵਿੱਚ ਜਿਤਨੇ ਸਾਰੇ ਮਿਲਣ ਵਾਲੇ ਸ਼ਹਿਰ ਵਿੱਚ ਰਹਿਣ ਵਾਲੇ ਹਨ ਚਾਹੇ ਮਿਆਂਵਾਲੀ ਹੈ ਚਾਹੇ ਮੁਲਤਾਨ ਹੈ ਚਾਹੇ ਕਰਾਚੀ ਹੈ ਅਤੇ ਚਾਹੇ ਇਸਲਾਮਾਬਾਦ ਹੈ ਚਾਹੇ ਲਾਹੌਰ ਹੈ ਚਾਹੇ ਉਕਾੜਾ ਹੈ ਚਾਹੇ ਸਾਹੀਵਾਲ ਹੈ ਚਾਹੇ ਪੰਜਾ ਸਾਹਿਬ ਹੈ ਚਾਹੇ ਗੁਰਦੁਆਰਾ ਨਨਕਾਣਾ ਸਾਹਿਬ ਜਿਤਨੇ ਸਾਰੇ ਮਿਲਣ ਵਾਲੇ ਮੇਰੇ ਜਾਣਕਾਰ ਹੈ ਸਾਰਿਆਂ ਨੂੰ ਮੈਂ ਦਾਵਤ ਦਿੰਦਾ ਕਿ ਤੁਸੀਂ ਆਓ ਜਿਹੜਾ ਵੀ ਦਿੱਲੀ ਆਓ ਸਾਨੂੰ ਜ਼ਰੂਰ ਮਿਲੋ ਕੋਈ ਕਿਸਮ ਦਾ ਕਾਰੋਬਾਰ ਕੋਈ ਕਿਸੇ ਦੀ ਚੀਜ਼ ਜ਼ਰੂਰਤ ਹੋਵੇ ਕੋਈ ਕਿਸਮ ਦੀ ਹੈਲਪ ਹੋਵੇ ਕੋਈ ਬਿਮਾਰੀ ਦੇ ਰੁੱਖ ਸੁੱਖ ਦੇ ਇਲਾਜ ਕਰਨ ਵਾਸਤੇ ਆਓ ਜਿਹੜੀ ਕਿਸਮ ਦੀ ਹੈਲਪ ਚਾਹੋ ਮੈਂ ਪੂਰੀ ਕਰਨ ਨੂੰ ਤਿਆਰ ਹਾਂ ਜੋ ਮੇਰੇ ਵੱਸਦਾ ਮੈਂ ਜ਼ਰੂਰ ਮਦਦ ਕਰਨ ਨੂੰ ਤਿਆਰ ਹਾਂ ਕਰਦਾ ਹਾਂ ਕਰਦਾ ਰਸ ਹਾਂ ਵਾਹ ਕਰਦਾ ਵੀ ਹਾਂ ਕਰਦਾ ਰਿਹਾ ਹਾਂ ਔਰ ਕਰਦਾ ਰਸ ਹਾਂ ਹਮੇਸ਼ਾ ਤੱਕ ਆਪਸ ਤੁਹਾਡਾ ਸਾਰਾ ਪਿਆਰ ਇਸ ਤਰ੍ਹਾਂ ਭਾਈਚਾਰਾ ਬਣਾ ਰਹੇ ਦਿਲੇ 'ਚ ਨਫ਼ਰਤਾਂ ਦੂਰ ਕਰੋ ਆਪਸ 'ਚ ਮਿਲਣ ਮਿਲਾਉਣ ਦੀ ਕੋਸ਼ਿਸ਼ ਕਰੋ ਪਰ ਸਰਕਾਰਾਂ ਨੂੰ ਸਾਰੀ ਸਰਕਾਰ ਨੂੰ ਆਖੋ ਕਿ ਤਲਬਾਤ ਅੱਛੇ ਬਣਨ ਆਪਸ 'ਚ ਭਾਈਚਾਰਾ ਵਧੇ ਆਉਣ ਵੰਜਣ ਕਾਰੋਬਾਰ ਵਧੇ ਜਿਸ ਤਰ੍ਹਾਂ ਪਹਿਲੇ ਰਹਿੰਦੇ ਅਸੀਂ 47 ਤੋਂ ਪਹਿਲੇ ਉਸੇ ਤਰ੍ਹਾਂ ਹੁਣ ਵੀ ਉਸੇ ਤਰ੍ਹਾਂ ਰਵਾਂ ਇਹ ਸਾਰੀ ਸਾਰਿਆਂ ਦੀ ਅੱਗੋਂ ਅਪੀਲ ਹੈ ਕਿ ਖੁਸ਼ੀ ਨਾਲ ਰਹੋ ਅਤੇ ਖੁਸ਼ੀ ਨਾਲ ਰਹਿਣ ਦਿਓ ਜਨਾਬ ਇੱਕ ਮਿਆਂਵਾਲੀ ਦਾ ਸ਼ਖਸ ਤੁਸੀਂ ਉਹ ਡਿੱਠਾ ਆਈ ਤਬਲਾ ਵਜਾਉਂਦਾ ਹੋਇਆ ਜੀਵਨ ਦਾਸ ਬਟਲਾ ਅਤੇ ਇੱਕ ਮਿਆਂਵਾਲੀ ਦਾ ਸ਼ਖਸ ਤੁਸੀਂ ਇਹ ਡਿੱਠਾ ਹੈ ਜਿਹਨੇ ਭਾਈਚਾਰੇ ਨੂੰ ਇਤਨਾ ਹਿੱਕ ਕਰ ਦਿੱਤਾ ਹੈ ਦੋਨੋਂ ਮੁਲਕਾਂ ਨੂੰ ਅਤੇ ਮੈਨੂੰ ਲੱਗਦਾ ਕਿ ਇਹ ਵੀਡੀਓ ਵੀ ਤੁਸੀਂ ਆਖੋ ਉਤਨਾ ਹੀ ਪਸੰਦ ਆ ਸੀ ਜਿਤਨਾ ਤੁਸੀਂ ਜੀਵਨ ਦਾਸ ਬਟਲਾ ਜੀ ਦਾ ਵੀਡੀਓ ਪਸੰਦ ਕੀਤਾ ਹੈ ਅਤੇ ਬਾਕੀ ਜਿਤਨੇ ਵੀ ਮਿਆਂਵਾਲੀ ਦੇ ਬੰਦੇ ਮੈਨੂੰ ਆਖਦੇ ਹਨ ਕਿ ਮਿਆਂਵਾਲੀ ਦੇ ਸ਼ਖਸ ਨਹੀਂ ਮਿਲਦੇ ਤਾਂ ਬਹੁਤ ਦੇਰ ਬਾਅਦ ਮੈਂ ਇੱਕ ਹੋਰ ਸ਼ਖਸ ਗੋਲ ਕੀਤਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਦਿੱਤਾ ਬਾਕੀ ਤੁਹਾਨੂੰ ਜੋ ਵੀ ਹੋਰ ਚੀਜ਼ਾਂ ਜਾਣਨੀ ਹਨ ਉਹ ਇਸ ਵੀਡੀਓ ਦੇ ਥੱਲੇ ਤੁਸੀਂ ਲਿਖ ਦੇਵਣਾ ਮੈਂ ਕੋਸ਼ਿਸ਼ ਕਰੇ ਸਾਂ ਅਤੇ ਮੈਂ ਇਹਨਾਂ ਕੋ ਵੀ ਪੁੱਛ ਕੇ ਉਹ ਚੀਜ਼ਾਂ ਜ਼ਰੂਰ ਦੱਸੇ ਸਾਂ ਅਤੇ ਜਿਨ੍ਹਾਂ ਦਾ ਨਾਮ ਰਹਿ ਗਿਆ ਹੈ ਇਹਨਾਂ ਦੀ ਜ਼ਬਾਨੀ ਉਹਨਾਂ ਦੇ ਵਾਸਤੇ ਮਾਜ਼ਰਤ ਮੰਗਦੇ ਹਾਂ ਅਤੇ ਇਹ ਵੀਡੀਓ ਕੋ ਦੇਖੋ ਸਪੈਸ਼ਲੀ ਮਿਆਂਵਾਲੀ ਦੇ ਬੰਦੇ ਉਹਨਾਂ ਬੰਦਿਆਂ ਕੋ ਜ਼ਰੂਰ ਪਹੁੰਚਾਓ ਜਿਹੜੇ ਇਹਨਾਂ ਕੋ ਜਾਣਦੇ ਹਨ ਜਾਂ ਨਹੀਂ ਜਾਣਦੇ ਹਨ ਸ਼ੁਕਰੀਆ ਮਿਹਰਬਾਨੀ ਨਵਾਜ਼ਿਸ਼ ਜੈ ਹਿੰਦ ਜੈ ਸ਼੍ਰੀ ਰਾਮ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਨੇ ਮੁਲਕਾਂ ਨੂੰ ਭਾਈਚਾਰਾ ਆਪਸ ਦੇ ਪਿਆਰ ਮਤ ਬਣ ਰਹੇ ਨਮਸਕਾਰ ਜੈ ਹਿੰਦ ਸਲਾਮ ਅਲੈਕਮ ਹੁਣ ਇਹ ਚੀਜ਼ ਦੱਸੋ ਵੀਡੀਓ ਤਾਂ ਸਾਡਾ ਠੀਕ ਹੈ ਖਤਮ ਇਹ ਚੀਜ਼ ਦੱਸੋ ਇਹ ਕਦਮ ਤੋਂ ਬਦਲਦੇ ਪਿਓ ਇਹ 1905 ਤੋਂ 2005 ਤੋਂ ਬਦਲਦੇ ਪਿਓ ਸ਼ਾਦੀ ਹੈ ਮੇਰੇ ਭਤੀਜੇ ਦੀ ਨਾ ਅਤੇ ਉਹ ਸ਼ਾਦੀ ਆਉਣ ਡਿਓ ਨਾ ਵਿੱਚ ਆਉਂਦਾ ਵੀ ਹੈ 2005 ਤੇ ਸ਼ਾਦੀ ਮੇਰੇ ਭਤੀਜੇ ਦੀ ਸ਼ਾਦੀ ਹੈ ਅਤੇ ਉੱਥੋਂ ਫਿਰ ਡਾਬਾਨ ਆਦਮੀ ਆਇਆ ਜਾਂ ਤੌਲਾ ਵੀ ਆਇਆ ਜੀ ਸਰ ਅਤੇ ਮੀਆਂ ਵਾਲੀ ਸੁਤਰਾ ਚਾਰ ਆਦਮੀ ਆਇਆ ਨੇ ਕੁਏਟਾ ਤੋਂ ਵਕੀਲ ਆਇਆ ਜੀ ਹੋਰ ਇਸਲਾਮਾਬਾਦ ਤੋਂ ਆਏ ਹਨ ਕਈ ਲੋਕ ਆਏ ਅਤੇ ਉਹ ਫਿਰ ਪਗੜੀਆਂ 'ਤੇ ਕੁੱਲੇ ਖੇਲ ਕੇ ਆਏ ਆ ਦਿਨ ਤੂੰ ਅੱਜ ਤੂੰ ਇਹ ਪਗੜੀ ਕੁੱਲੇ ਸ਼ਾਦੀ 'ਤੇ ਬਦਲਣੀ ਉਸ 1905 ਨਵੰਬਰ ਤੋਂ ਮੈਂ ਬਦਲਦੇ ਪਿਓ ਉਹ ਅੱਜ 14 ਸਾਲ ਹੋ ਗਏ ਮੈਂ ਲਗਾਤਾਰ ਅਤੇ ਇੱਥਾਂ ਹੁਣ ਤੁਹਾਡੀ ਪਹਿਚਾਣ ਬਣ ਗਈ ਹੈ ਹੁਣ ਮੈਂ ਬਾਜ਼ਾਰ ਨਿਕਲਦਾ ਨਾ ਲੋਕ ਆਖਦੇ ਜੀ ਆਪ ਕਿੱਧਰ ਸੇ ਹੋ ਪਹਿਲੇ ਹੱਥ ਮਿਲਾਓ ਸਾਨੂੰ ਗਿੱਲੇ ਮਿਲੋ
ਤੁਸੀਂ ਕਿਹੜੇ ਸ਼ਹਿਰ ਦੇ ਹੋ, ਇਹ ਜਿਹੜਾ ਐਡਰੈਸ ਅਸੀਂ ਪਤਾ 40 ਸਾਲ ਬਾਅਦ ਬੈਠੇ, 50 ਸਾਲ ਬੈਠੇ, ਸਾਡੇ ਬਾਬਾ ਬਰਦਾਈ, ਨਾਨਾ ਬਰਦਾਈ ਪਾਕਿਸਤਾਨ ਵਿੱਚ ਵਰਦੇ ਹਨ, ਅਤੇ ਸਾਨੂੰ ਬੜਾ ਚੰਗਾ ਲੱਗਦਾ। ਮੈਂ ਦਿੱਲੀ ਤੋਂ ਬਾਹਰ ਕਈ ਵਾਰੀ ਗਿਆ ਤਾਂ ਉੱਥੇ ਇੱਕ ਦਫਾ ਸਿੰਗਾਪੁਰ ਗਿਆ, ਇੱਕ ਦਫਾ ਦੁਬਈ ਗਿਆ, ਮਲੇਸ਼ੀਆ ਗਿਆ, ਉੱਥੇ ਲੋਕ ਖੜ੍ਹੇ ਹੋ ਕੇ ਅੰਕਲ ਜੀ ਵਨ ਫੋਟੋ ਵਨ ਫੋਟੋ ਵਨ ਫੋਟੋ, ਇਤਨੇ ਲੋਕ ਮਤਲਬ ਪਿਆਰ ਕਰਦੇ। ਆਓ ਮੈਂ ਫੋਟੋ ਦੇ ਤੋਂ ਯਾਦ ਆਇਆ, ਮੈਂ ਵੀ ਇੱਕ ਫੋਟੋ ਕਰਵਾ ਕੇ ਨਾ, ਤੁਸੀਂ ਆਓ ਤੁਹਾਡੇ ਨਾਲ ਸਾਰਿਆਂ ਸਾਡੇ ਤਰੀਆਂ ਦੀ ਹੈਗੀ ਯਾਦਗਾਰ ਫੋਟੋ ਇਵੇਂ ਆ ਮੈਨੂੰ ਫੋਟੋ ਇੱਥੇ ਆਵੇ ਸੀ, ਮੈਂ ਤੁਹਾਨੂੰ ਗੱਲ ਦੱਸਾਂ। ਬੱਕਰੀ ਵੀ ਖਿੱਚਦੇ ਹੋ? ਬੱਕਰੀ ਵੀ ਖਿੱਚਦੇ ਨਾ, ਬੜੀ ਸਾਫ ਆ। ਥੋੜ੍ਹਾ ਜਿਹਾ ਹੋਰ ਇੱਦੇ ਹੋ ਮੈਨੂੰ, ਤੁਸੀਂ ਮੇਰੇ ਕੋਲ ਹੋ ਜਾਓ, ਮੈਂ ਤੁਹਾਨੂੰ ਇੱਦਾਂ ਕਰ ਦੇਵਾਂ। ਇਹ ਮੈਂ ਕਰ ਦੇਣਾ, ਇਹ ਮੈਂ ਕਰ ਦੇ ਸਾਂ, ਇਹ ਪਹਿਲੇ ਉਹਦੇ ਸਾਹਮਣੇ ਦੇਖੋ, ਥੋੜ੍ਹਾ ਹੋਰ ਇੱਦੇ ਹੋ ਬਣਾਓ। ਯੈਸ, ਇਹ ਤੁਹਾਡੇ ਨਾਲ ਮੇਰੀ ਇੱਕ ਯਾਦਗਾਰ ਫੋਟੋ ਹਮੇਸ਼ਾ ਵਾਸਤੇ ਮੇਰੀ ਲਾਇਬ੍ਰੇਰੀ 'ਚ ਲੱਗ ਸੀ, ਮੈਂ ਚਾਹੁੰਦਾ ਵੀ ਹਾਂ। ਅਤੇ ਜਨਾਬ, ਇਹ ਉਹ ਪਰਿਵਾਰ ਜਿਨ੍ਹਾਂ ਦਾ ਮੈਂ ਹੁਣ ਹਿੱਸਾ ਬਣ ਗਿਆ। ਇਸ ਪਰਿਵਾਰ ਦਾ ਇਹ ਵੀਡੀਓ ਜੇ ਵੇਲੇ ਵੀ ਦੇਖਾ ਹੋਏ ਸੀ, ਸਦੀਆਂ ਤੱਕ ਵੀ ਦੇਖਾ ਹੋਏ ਸੀ, ਤਾਂ ਇਹ ਪਰਿਵਾਰ ਜ਼ਰੂਰ ਯਾਦ ਪਏ ਸੀ। ਇਹ ਛੂਅਰ ਕੌਣ ਹੈ? ਇਹ ਤਾਂ ਸਾਡੇ ਪਰਿਵਾਰ ਦਾ ਹਾਈ ਕਹਿਣਾ। ਅੱਛਾ, ਮੈਂ ਇੰਟਰੋਡਕਸ਼ਨ ਕਰਾਵਾਂ। ਮੇਰੀ ਸ਼੍ਰੀਮਤੀ, ਇਸਦਾ ਨਾਂ ਹੈ ਉਰਮਿਲਾ, ਇਸਾ ਖਿਆਲ ਦੇ ਰਹਿਣ ਵਾਲੇ, ਇਸਰਾਇਲ ਦੇ ਨਾਲ ਕਲੂਰ ਵਾਂਡਾ, ਇਹ ਇਹਨਾਂ ਦੇ ਬੜੇ ਲੈਂਡ ਲਾਰਡ ਹਨ ਸਾਡੇ ਸਾਹਬ ਰਿਹਾਲ, 1.25 ਲੱਖ ਨਾਲ ਜ਼ਮੀਨ ਹਨ,